ਮਰਸੀਆਂ ਨਗਰ ਦੇ ਵਿੱਚ ਇਹ ਗੁਰਮੁਖ ਪਿਆਰੇ ਭਾਈ ਭਗੀਰਥਾ ਜੀ ਹੋਇਆ। ਭਾਈ ਗੁਰਦਾਸ ਨੇ 12 ਵਿੱਚ ਉਹਨਾਂ ਦਾ ਨਾਂ ਵੀ ਲਿਖਿਆ। ਉਹ ਦੇਵੀ ਦੇ ਉਪਾਰਕ ਸਨ। ਇਹ ਮਨ ਦੀ ਅਵਸਥਾ ਕਿ ਕਈ ਵਾਰਾਂ ਮਨ ਨਿੱਕੀ ਜਿਹੀ ਗੱਲ 'ਤੇ ਡੋਲ ਜਾਂਦਾ ਅਤੇ ਕਈ ਵਾਰਾਂ ਮਨ ਪੀੜਾ ਹੋ ਜਾਂਦਾ। ਇਹ ਮਨ ਦਾ ਅਤਬਾਰ ਨਹੀਂ, ਕਿਉਂਕਿ ਆਪਾਂ ਬਾਣੀ 'ਚ ਪੜ੍ਹਦੇ ਹਾਂ, ਕਬ ਹੂੰ ਜੀੜਾ ਉਬ ਚੜ੍ਹਤ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ, ਚਾਰੇ ਕੂੰਟਾਂ ਭਾਲੇ। ਬਾਬੇ ਭਗੀਰਥ ਨੇ ਇਹ ਤਹੀਆ ਕਰ ਲਿਆ ਕਿ ਅੱਜ ਮੈਂ ਦੇਵੀ ਦੇ ਪ੍ਰਤੱਖ ਦਰਸ਼ਨ ਕਰਨੇ ਹਨ। ਜਿਹੜਾ ਭਗਵਾਨ ਹੈ ਉਹ ਮਨੁੱਖ ਦੇ ਨਿਸ਼ਚੇ ਨੂੰ ਵੇਖਦਾ ਹੈ। ਜੇ ਨੇਚਾ ਪ੍ਰਪੱਕ ਤੇ ਰਹਿਮਤ ਹੋ ਜਾਂਦੀ, ਜੇ ਨੇਚਾ ਕੱਚਾ ਤੇ ਗੱਲ ਬਣਦੀ ਨਹੀਂ। ਉੱਥੇ ਲਿਖਿਆ ਕਿ ਬਾਬੇ ਭਗੀਰਥ ਦੇ ਸੰਕਲਪ ਕਰਕੇ ਦੇਵੀ ਮਾਤਾ ਨੇ ਦਰਸ਼ਨ ਦਿੱਤੇ ਤੇ ਕਹਿਣ ਲੱਗੀ, ਭਗੀਰਥਿਆ ਜੋ ਮੰਗਣਾ ਮੰਗ। ਬਾਬਾ ਭਗੀਰਥ ਜੀ ਕਹਿਣ ਲੱਗੇ, ਮਾਂ ਮੈਨੂੰ ਮੁਕਤੀ ਚਾਹੀਦੀ ਹੈ। ਤੇ ਦੇਵੀ ਮਾਤਾ ਕਹਿਣ ਲੱਗੀ, ਮੈਂ ਪਦਾਰਥਾਂ ਦੇ ਦਿਆਂਗਾ ਪਰ ਮੁਕਤੀ ਮੇਰੇ ਬਸ ਵਿੱਚ ਨਹੀਂ। ਆਪਾਂ ਗੁਰਬਾਣੀ ਵਿੱਚ ਵੀ ਇੱਕ ਸ਼ਬਦ ਪੜ੍ਹਦੇ ਹਾਂ, ਤੂੰ ਕਹੀਏ ਤਹੀ ਆਦਿ ਭਵਾਨੀ ਮੁਕਤ ਕੀ ਭਰੀਆ ਕਾਸ਼ ਪਾਲੀ। ਮਾਤਾ ਤੈਨੂੰ ਆਦਿ ਕਹਿੰਦੇ ਪਰ ਮੁਕਤੀ ਦੇ ਮੌਕੇ ਤੇ ਪਤਾ ਨਹੀਂ ਕਿਤੇ ਸੱਜੇ ਖੱਬੇ ਹੋ ਜਾਂਦੀ ਹੈ। ਕਹਿੰਦੇ ਨੇ ਦੇਵੀ ਦੇ ਕਹਿਣ ਤੇ ਬਾਬਾ ਭਗੀਰਥ ਨੂੰ ਦੇਵੀ ਕਹਿਣ ਲੱਗੇ ਵੀ ਜੇ ਮੁਕਤੀ ਲੈਣੀ ਤੇ ਗੁਰੂ ਨਾਨਕ ਪਾਤਸ਼ਾਹ ਕੋਲ ਮਿਲਣੀ, ਮਰਸੀਆਂ ਸੁਲਤਾਨਪੁਰ ਤੋਂ ਬਹੁਤਾ ਦੂਰ ਨਹੀਂ। ਭਾਈ ਭਗੀਰਥ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨ ਸ਼ਰਨ ਵਿੱਚ ਆ ਗਏ। ਲਗਾਤਾਰ 3 ਸਾਲ ਉਹਨਾਂ ਨੇ ਸੇਵਾ ਕੀਤੀ ਤੇ ਕੁਝ ਸਮੇਂ ਤੋਂ ਬਾਅਦ ਕਿਸੇ ਲੋੜਵੰਦ ਦੀ ਬੱਚੀ ਦੀ ਸ਼ਾਦੀ ਸੀ। ਗੁਰਦੇਵ ਕਹਿਣ ਲੱਗੇ ਵੀ ਭਾਈ ਭਗੀਰਥਿਆ ਲਾਹੌਰ ਤੋਂ ਜਾ ਕੇ ਇਹ ਵਿਆਹ ਵਾਲਾ ਸਾਜੋ ਸਮਾਨ ਲੈ ਕੇ ਆ। ਤੇ ਨਾਲ ਹਜ਼ੂਰ ਨੇ ਬਚਨ ਕੀਤੇ ਵੀ ਉੱਥੇ 1 ਰਾਤ ਤੋਂ ਵੱਧ ਰਾਤਾਂ ਨਹੀਂ ਲਾਉਣੀਆਂ। ਭਾਈ ਭਗੀਰਥਾ ਜੀ ਚਲੇ ਗਏ। ਜੋ ਵਿਆਹ ਵਾਸਤੇ ਸੰਪਦਾ ਚਾਹੀਦੀ ਸੀ ਲੈ ਲਈ, ਪਰ ਜ਼ਮਾਨੇ ਦੇ ਰਾਜ ਦੇ ਮੁਤਾਬਕ ਦੁਕਾਨਦਾਰ ਕੋਲੋਂ ਚੂੜਾ ਨਾ ਮਿਲਿਆ। ਉਹ ਕਹਿਣ ਲੱਗਾ, ਭਾਈ ਇਹ ਚੂੜੇ ਵਾਸਤੇ ਤੈਨੂੰ 1 ਰਾਤ ਹੋਰ ਰਹਿਣਾ ਪਏਗਾ। ਭਾਈ ਭਗੀਰਥ ਜੀ ਕਹਿਣ ਲੱਗੇ, ਗੁਰਮੁਖਾ ਪੈ ਰਹਿ ਤਾਂ ਪਵਾਂ ਪਰ ਮੇਰਾ ਪਲੋਕ ਵਿਗੜਦਾ। ਉਹ ਦੁਕਾਨਦਾਰ ਇੱਕਦਮ ਉਹਦਾ ਮੱਥਾ ਠਣਕਿਆ ਵੀ 1 ਰਾਤ ਰਹਿਣ ਦੇ ਨਾਲ ਪ੍ਰਲੋਕ ਦਾ ਕੀ ਗੱਲ ਹੈ ਭਾਈ। ਭਾਈ ਭਗੀਰਥ ਜੀ ਕਹਿਣ ਲੱਗੇ, ਮੇਰਾ ਗੁਰੂ ਪੂਰਾ ਹੈ ਤੇ ਜੇ ਪੂਰੇ ਗੁਰੂ ਦੀ ਖੁਸ਼ੀ ਨਾ ਮਿਲੀ ਤੇ ਬਾਤ ਨਹੀਂ ਬਣਨੀ, ਇਸ ਕਰਕੇ ਭਰਾਵਾ ਹੁਣ ਤੇਰੀ ਮਰਜ਼ੀ। ਉਹ ਦੁਕਾਨਦਾਰ ਇਸ ਗੱਲ ਤੋਂ ਬੜਾ ਪ੍ਰਭਾਵਿਤ ਹੋਇਆ। ਉਹ ਕਹਿੰਦਾ ਕਿ ਮੇਰੇ ਕੋਲ ਇੱਕ ਚੂੜਾ ਪਿਆ ਹੈ, ਆਪਾਂ ਲੈ ਚੱਲਦੇ ਹਾਂ ਤੇ ਹੁਣ ਇਉਂ ਕਿਰਪਾ ਕਰ, ਮੈਨੂੰ ਇਸ ਗੁਰਸਿੱਖ ਗੁਰੂ ਕੋਲ ਵੀ ਲੈ ਕੇ ਚੱਲ। ਆਪਾਂ ਜੇ ਪੂਰੇ ਹੋਈਏ ਨਾ ਤੇ ਸਾਡਾ ਦੂਜਿਆਂ 'ਤੇ ਪ੍ਰਭਾਵ ਪੈਂਦਾ ਹੈ, ਪਰ ਜਿਸ ਮੌਕੇ ਸਾਡੇ ਵੀਕ ਪੁਆਇੰਟ, ਸਾਡੀਆਂ ਕਮਜ਼ੋਰੀਆਂ ਦੂਜੇ ਵੇਖ ਲੈਂਦੇ ਤਾਂ ਉਹਨਾਂ ਦਾ ਮਨ ਟੁੱਟ ਜਾਂਦਾ। ਮਾਨਸੁਖ ਉਹਦਾ ਨਾਂ ਸੀ, ਸ਼ਾਹੂਕਾਰ ਦਾ, ਬੜਾ ਅਮੀਰ ਆਦਮੀ ਸੀ, ਉਹਦਾ ਥਾਂ ਥਾਂ 'ਤੇ ਕਾਰੋਬਾਰ ਸੀ। ਉਹ ਗੁਰੂ ਕੇ ਚਰਨਾਂ 'ਚ ਗਿਆ ਪਰ ਰਾਹ 'ਚ ਫਿਰ ਮਨ ਦਾਲ ਆ ਗਿਆ। ਕਹਿਣ ਲੱਗਾ ਵੀ ਮੈਂ ਗੁਰੂ ਨਾਨਕ ਨੂੰ ਮੱਥਾ ਤਾਂ ਟਿਕਣਾ ਜੇ ਮੇਰਾ ਨਾਂ ਲੈ ਕੇ ਬੁਲਾਉਣ ਤਾਂ।
ਅਜੇ ਪਿੱਛੇ ਖਲੋਤਾ ਹੈ ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਆਈ ਆਓ ਭਾਈ ਮਾਨਸੁਖ ਗੁਰੂ ਪਿਆਰੇ ਆਓ ਜੀ ਆਇਆਂ ਨੂੰ। ਮਾਨਸੁਖ ਇੱਕਦਮ ਗੁਰੂ ਕੇ ਚਰਨਾਂ 'ਤੇ ਟਹਿ ਪਿਆ। ਗੁਰੂ ਵਿੱਚ ਇੰਨੀ ਸਮਰੱਥਾ ਹੈ। ਆਪਾਂ ਪੜ੍ਹਦੇ ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕ੍ਰਿਜ ਛੇਕ। ਗੁਰੂ ਰੂਪੀ ਸੂਰਮੇ ਨੇ ਜਦੋਂ ਤੀਰ ਮਾਰਿਆ ਤੇ ਬੰਦਾ ਇੱਕਦਮ ਧਰਮ ਕਰਕੇ ਡਿੱਗ ਪੈਂਦਾ। ਇਹਦਾ ਜੇ ਆਪਾਂ ਅੰਤਰੀਵ ਅਰਥ ਵੇਖੀਏ ਨਾ, ਤੇ ਜਿਵੇਂ ਤੀਰ ਦੇ ਨਾਲ ਅਸੀਂ ਦੂਜੇ ਨੂੰ ਮਾਰਦੇ ਹਾਂ, ਜਦੋਂ ਗੁਰੂ ਰਹਿਮਤ ਦਾ ਤੀਰ ਮਾਰਦਾ ਤੇ ਬੰਦੇ ਦੀ ਮੈਂ ਮਰ ਜਾਂਦੀ ਹੈ। ਜਿਹੜਾ ਗੁਰੂ ਹੈ ਨਾ, ਉਹ ਬੰਦੇ ਦਾ ਮਨ ਮਾਰਦਾ, ਮੈਂ ਮਾਰਦਾ, ਮੈਂ ਤੋ ਗੁਰਮੁਖੋ। ਮਾਨਸਿਕ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਸੇਵਕ ਬਣ ਗਿਆ, ਭੌਰਾ ਬਣ ਗਿਆ, ਗੁਰਸਿੱਖੀ ਗ੍ਰਹਿਣ ਕਰ ਲਈ ਤੇ ਕਹਿਣ ਲੱਗਾ, ਪਾਤਸ਼ਾਹ ਤੁਹਾਡੀ ਬੜੀ ਕਿਰਪਾ ਹੈ, ਮੇਰੇ ਕੋਲ ਦੁਨਿਆਵੀ ਧਨ ਅੱਗੇ ਆਏ ਸੀ, ਉਹ ਨਾਮ ਧਨ ਵੀ ਤੁਸੀਂ ਬਖਸ਼ ਦਿੱਤਾ, ਮੈਂ ਪ੍ਰਦੇਸ਼ ਵੀ ਜਾਣਾ ਤੇ ਮੇਰੇ ਤੇ ਰਹਿਮਤ ਕਰਕੇ ਤੂੰ ਮੈਨੂੰ ਇਹੋ ਜਿਹਾ ਸਥਾਨ ਦਿਓ ਜਿਹੜਾ ਮੇਰਾ ਉੱਥੇ ਵੀ ਵੱਧ ਕਰੇ। ਮੈਂ ਸਮਝਦਾ ਵੀ ਸਾਡੇ ਸਾਰਿਆਂ 'ਤੇ ਫਿੱਟ, ਕਿਉਂਕਿ ਆਪਾਂ ਵੀ ਪ੍ਰਦੇਸ਼ ਵਿੱਚ ਆਇਆ। ਉੱਥੇ ਗੁਰੂ ਮਹਾਰਾਜ ਨੇ ਭਾਈ ਮਾਨਸੁਖ ਨੂੰ ਤਿੰਨ ਗੱਲਾਂ ਕਹੀਆਂ। ਉਹ ਕਹਿੰਦੇ, ਗੁਰਮੁਖਾ, ਇਹ ਗੁਰਸਿੱਖੀ ਦੇ ਮੇਨ ਸਿਧਾਂਤ ਨੇ ਕਿਹੜੇ? ਹੋਮੇ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥ ਇਹ ਪਾਵਨ। ਜਿਵੇਂ ਤਕੜੀ ਦੀਆਂ ਤਿੰਨ ਕਸਾਂ ਹੁੰਦੀਆਂ ਨੇ, ਇਸੇ ਤਰ੍ਹਾਂ ਗੁਰਮੁਖਾ, ਇੱਕ ਮੈਂ ਦਾ ਤਿਆਗ ਕਰਨਾ, ਹੋਮੇ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥ ਇਹ ਪਾਵਨ। ਮੈਂ ਦਾ ਤਿਆਗ ਕਰਨਾ, ਨਾਮ ਨਾਲ ਜੁੜਨਾ, ਲੇਕਿਨ ਨਾਮ ਨਾਲ ਜੁੜਨ ਦੇ ਨਾਲ ਨਾਲ ਭਾਣਾ ਵੀ ਮੰਨਣਾ ਹੈ। ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਨੀ, ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਝੋਂ ਕਿਆ ਕਰੇ ਵਿਚਾਰੀਆ, ਤੂੰ ਬਾਅਦ ਸਮਰੱਥ ਕੋਈ ਨਾਹੀਂ, ਕਿਰਪਾ ਕਰ ਪਰਵਾਰੀ। ਚਲਾ ਗਿਆ। ਅੱਜ ਦੇ ਜ਼ਮਾਨੇ 'ਚ ਉਹਦੇ ਪੈਸਿਆਂ ਦਾ ਆਪਾਂ ਹਿਸਾਬ ਲਏ ਤੇ ਅਰਬਾਂ ਬਣਨਗੇ, ਅਰਬਾਂ ਖਰਬਾਂ। ਉਹ ਜ਼ਮਾਨੇ 'ਚ ਜਹਾਜ਼ ਚਲਾਉਣੇ ਕੋਈ ਨਿੱਕੀ ਥੋੜ੍ਹੀ ਗੱਲ ਸੀ। ਚਲਾ ਗਿਆ। ਕਹਿੰਦੇ ਨੇ ਕੁਦਰਤੀ ਤੌਰ 'ਤੇ ਇਹ ਲੰਕਾ ਪਹੁੰਚਿਆ ਉਹ ਅਤੇ ਅਕਾਲਸ਼ੀ ਦਾ ਵਰਤ ਸੀ, ਉਹਨੇ ਜਾ ਕੇ ਲੰਗਰ ਤਿਆਰ ਕੀਤਾ ਅਤੇ ਜਿਹੜੇ ਉਹ ਅਕਾਲਸ਼ੀ ਵਾਲੇ ਭਰਾ ਨੇ ਨਾ, ਉਦੋਂ ਰੋਟੀ ਨਹੀਂ ਖਾਂਦੇ, ਉਹ ਵਰਤ ਰੱਖਦੇ ਹਨ। ਇਹਨੇ ਜਾ ਕੇ ਚੁੱਲ੍ਹਾ ਉਤਾਰ ਦਿੱਤਾ। ਮੁਲਾਜ਼ਮਾਂ ਨੇ ਉਹਨੂੰ ਜਾ ਕੇ ਰੋਕਿਆ, ਕਹਿਣ ਲੱਗਾ, ਭਾਈ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੇਰਾ ਰਾਜਾ ਗੁਰੂ ਨਾਨਕ ਹੈ, ਮੈਂ ਲੰਗਰ ਤਿਆਰ ਕਰਨਾ ਹੈ। ਅਤੇ ਲੰਗਰ ਤਿਆਰ ਕਰਕੇ ਉਹਨੇ ਆਵਾਜ਼ ਮਾਰਨੀ, ਭਾਈ ਕੋਈ ਸੁਣਦਾ ਗਿਣਦਾ ਆਵੇ ਅਤੇ ਗੁਰੂ ਕਾ ਲੰਗਰ ਤਿਆਰ ਹੈ। ਇਹਦੇ ਪਿੱਛੇ ਵੀ ਇੱਕ ਡੂੰਘੀ ਮਹਾਰਾਜ ਦਾ ਸਿਧਾਂਤ ਹੈ। ਕਿਸੇ ਗੁਰਮੁਖ ਪਿਆਰੀ ਨੇ ਜੋ ਤੁਸੀਂ ਗੁਰੂ ਕਾ ਸ਼ਹੀਦੀ ਪਰਬ ਮਨਾ ਰਹੇ, ਕਿਸੇ ਨੇ ਘੱਟ ਦਿੱਤੇ ਨੇ, ਕਿਸੇ ਨੇ ਵੱਧ ਦਿੱਤੇ ਨੇ, ਅਤੇ ਜੋ ਕੁਝ ਤਿਆਰ ਹੋਇਆ ਆਪਾਂ ਕਹਿੰਦੇ ਗੁਰੂ ਕਾ ਲੰਗਰ। ਇਹਦਾ ਕਾਰਨ ਹੈ ਵੀ ਜਿਹਨੇ ਬਹੁਤੇ ਦਿੱਤੇ ਨੇ ਉਹਦੇ ਅੰਦਰ ਹੰਕਾਰ ਨਾ ਆਵੇ, ਅਤੇ ਜਿਹਨੇ ਥੋੜ੍ਹੇ ਦਿੱਤੇ ਨੇ ਉਹਦਾ ਮਨ ਨਾ ਟੁੱਟੇ, ਕਿਉਂਕਿ ਗੁਰੂ ਕਾ ਨਾ ਉਹਦਾ ਆਪਣਾ ਤਾਂ ਹੈ ਹੀ ਨਹੀਂ। ਇਸ ਕਰਕੇ ਆਪਾਂ ਕਹਿੰਦੇ ਗੁਰੂ ਕਾ ਲੰਗਰ। ਤੋ ਗੁਰਮੁਖ ਜਨੋ ਉਹਨੂੰ ਪਕੜ ਕੇ ਲੈ ਗਏ।
ਜਿਹੜਾ ਉਹ ਰਾਜਾ ਸੀ ਸ਼ਿਵਨਾਭ, ਬੜਾ ਪ੍ਰਭਾਵਿਤ ਹੋਇਆ ਔਰ ਉਹ ਕਹਿਣ ਲੱਗਾ ਵੀ ਮੈਂ ਤਾਂ ਮੰਨਾਂਗਾ ਜੇ ਗੁਰੂ ਦੇਵ ਇੱਥੇ ਆਉਣ। ਬਾਬਾ ਮਨਸੂਖ ਕਹਿਣ ਲੱਗਾ ਵੀ ਗੁਰਮੁਖਾ, ਤੂੰ ਗੁਰੂ ਨੂੰ ਚੇਤੇ ਕਰ ਤੇ ਗੁਰਦੇਵ ਆਪਣੇ ਆਪ ਆ ਜਾਣਗੇ। ਰਾਜੇ ਦੇ ਅੰਦਰ ਸ਼ਰਧਾ ਵਧੀ। ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਗਏ ਤੇ ਮਨੁੱਖੀ ਸੁਭਾਅ ਜਿਹੜੀ ਕਮਜ਼ੋਰੀ, ਉਹਨੇ ਗੁਰੂ ਕੀ ਪਰਖ ਲੈਣ ਵਾਸਤੇ ਪਦਮਣੀਆਂ ਭੇਜ ਦਿੱਤੀਆਂ ਵੀ ਵੇਖਾਂ ਇਹਨਾਂ ਦਾ ਮਨ ਕਦੇ ਡੋਲਦਾ ਤਾਂ ਨਹੀਂ। ਜਦੋਂ ਉਹ ਬੀਬੀਆਂ ਆਈਆਂ ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਬੀਬੀਆਂ ਦੇ ਪ੍ਰਥਾਏ ਸ਼ਬਦ ਉਚਾਰਿਆ, ਗਾਛੋ ਪੁੱਤਰੀ ਨਾਮ ਕੁਆਰ ਨਾਮ ਭਣੋ ਸੱਚ ਦੌਤ ਸਵਾਰ। ਹੇ ਧੀਓ ਜਾਓ ਰੱਬ ਰੱਬ ਕਰੋ, ਧੀਆਂ ਪਿਓ ਦੇ ਕੋਲ ਇਸ ਤਰ੍ਹਾਂ ਹਾਵ ਭਾਵ ਨਹੀਂ ਕਰਦੀਆਂ। ਔਰ ਗੁਰੂ ਪਾਤਸ਼ਾਹ ਮਹਾਰਾਜ ਦੇ ਇਸ ਪਾਵਨ ਪਵਿੱਤਰ ਮਹਾਨ ਵਿਚਾਰਧਾਰਾ ਤੋਂ ਬੀਬੀਆਂ ਪ੍ਰਭਾਵਿਤ ਹੋਈਆਂ ਤੇ ਰਾਜਾ ਸ਼ਿਵਨਾਭ ਗੁਰੂ ਕਾ ਸਿੱਖ ਬਣ ਗਿਆ। ਇਹ ਤੁਹਾਨੂੰ ਵੇਖ ਕੇ ਮੈਨੂੰ ਦ੍ਰਿਸ਼ਟਾਂਤ ਤਾਂ ਚੇਤੇ ਆ ਵੀ ਤੁਸੀਂ ਪ੍ਰਦੇਸ਼ ਵਿੱਚੋਂ ਜੇ ਪੂਰਨ ਗੁਰੂ ਕਾ ਸਿੱਖ ਜੀਵਨ ਵਾਲਾ ਹੋਵੇ, ਉਹ ਰਾਜਿਆਂ ਦੇ ਮਨ ਬਦਲ ਦਿੰਦਾ। ਰਾਜਿਆਂ ਦੇ ਤੁਸੀਂ ਭਾਗ ਵਾਲੇ ਹੋ ਜੋ ਮੂਲ ਨਾਲ ਜੁੜੇ ਹੋ। ਆਪਾਂ ਗੁਰੂ ਕੇ ਸਾਹਿਬਜ਼ਾਦਿਆਂ, ਗੁਰੂ ਕੇ ਪੰਜਾਂ ਪਿਆਰਿਆਂ ਵਿੱਚੋਂ ਬਾਬਾ ਸਾਹਿਬ ਸਿੰਘ ਜੀ, ਬਾਬਾ ਹਿੰਮਤ ਸਿੰਘ ਜੀ, ਬਾਬਾ ਮੁਕਤ ਸਿੰਘ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ, ਮਾਤਾ ਗੁਜਰ ਕੌਰ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਇਸ ਪੱਖ ਨੂੰ ਸਮੇਂ ਦੇ ਨਾਲ ਮੈਂ ਸਾਰਾ ਸਾਂਝਾ ਕਰਨ ਦਾ ਯਤਨ ਕਰਾਂਗਾ। ਸਾਰਿਆਂ ਤੋਂ ਪਹਿਲਾਂ ਆਪਾਂ ਜੋ ਸ਼ਹਾਦਤ ਲਫ਼ਜ਼ ਕਹਿੰਦੇ ਹਾਂ ਨਾ, ਇਹ ਹਿੰਦੁਸਤਾਨ ਦਾ ਸ਼ਬਦ ਨਹੀਂ, ਇਹ ਅਰਬੀ ਜ਼ਬਾਨ ਦਾ ਸ਼ਬਦ ਹੈ। ਔਰ ਪਵਿੱਤਰ ਕੁਰਾਨ ਦੇ ਵਿੱਚ ਇਹਦੀ 35 ਵੇਰ ਵਰਤੋਂ ਆਈ ਹੈ ਸ਼ਹਾਦਤ ਲਫ਼ਜ਼ ਦੀ। ਸ਼ਹੀਦੀ ਕਹਿਣਾ ਜਾਂ ਸ਼ਹਾਦਤ ਕਹਿਣਾ ਇਹ ਹਿੰਦੁਸਤਾਨ ਦੇ ਕਿਸੇ ਧਰਮ ਗ੍ਰੰਥ ਵਿੱਚ ਨਹੀਂ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਵੀ ਸਾਡਾ ਜੋ ਸਨਾਤਨ ਵਾਤ ਹੈ ਨਾ, ਉਹ ਇੱਕ ਸ਼ਲੋਕ ਦੇ ਦੁਆਲੇ ਘੁੰਮਦਾ, ਅਵਸ਼ਮੇ ਭਗਵਤੋਂ ਕਿਰਤਮ ਕਰਮ ਸ਼ੁਭ ਸ਼ੁਭਾ। ਇਹਦੇ ਅੱਖਰੀ ਅਰਥ ਇਹ ਨੇ ਵੀ ਗੁਰਮੁਖਾ ਕੰਮ ਚੰਗੇ ਕਰ, ਕੰਮ ਮਾੜੇ ਕਰ, ਤੈਨੂੰ ਕਰਮਾਂ ਦਾ ਫਲ ਭੋਗਣਾ ਹੀ ਪੈਣਾ। ਜਿਵੇਂ ਆਪਾਂ ਗੁਰੂ ਕੀ ਬਾਣੀ ਵਿੱਚ ਪੜ੍ਹਦੇ ਹਾਂ, ਦੱਦਾ ਦੋਸ ਨਾ ਦਿਉ ਕਿਸੇ ਦੋਸ, ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਤੀਜੀ ਅਵਰ ਜਾਣਾ। ਪਰ ਇਹਦੇ ਨਾਲ ਗੁਰਮੁਖ ਜਨੋ, ਗੁਰੂ ਘਰ ਦੀ ਵਡਿਆਈ ਇਹ ਹੈ, ਆਪਾਂ ਜੇ ਗੁਰੂ ਦੇ ਹੋ ਜਾਵਾਂਗੇ ਤੇ ਗੁਰੂ ਬੰਦੇ ਦੇ ਕਰਮ ਬਦਲ ਦਿੰਦਾ। ਗੁਰੂ ਨਾਨਕ ਦੇ ਘਰ ਵਿੱਚ ਵੱਡਾ ਵਾਧਾ ਇਹ ਹੈ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਸਾਡੇ ਕਰਮ ਚੰਗੇ ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਲੜ ਲੱਗੇ, ਉਹਨਾਂ ਸਾਡੇ ਤੇ ਰਹਿਮਤ ਕਰਕੇ ਆਪਣੇ ਚਰਨਾਂ ਨਾਲ ਜੋੜ ਲਿਆ। ਗੁਰੂ ਨਾਨਕ ਦੇ ਘਰ ਵਿੱਚ ਬੰਦੇ ਦੇ ਕਰਮ ਬਦਲ ਜਾਂਦੇ ਨੇ, ਕਰਮ ਤੋਂ ਭਾਵ ਭਾਗ ਬਦਲ ਜਾਂਦੇ ਹਨ। ਇਹ ਬੜੀ ਲੰਮੀ ਚੌੜੀ ਕਥਾ, ਇੱਥੇ ਮੇਰੇ ਸਾਹਮਣੇ ਇੱਕ ਦ੍ਰਿਸ਼ਟਾਂਤ ਆ ਗਿਆ, ਕਰਮਾਂ ਦਾ ਮੈਂ ਸਾਂਝਾ ਕਰਾਂ। ਸੰਕੇਤ ਮੰਡੀ, ਗੁਰੂ ਕਾ ਸਿੱਖ ਭਾਈ ਕਲਿਆਣਾ ਗਿਆ ਗੁਰਮਤ ਪ੍ਰਚਾਰ ਕਰਨ ਲਈ, ਅਤੇ ਸੇਮ ਘਟਨਾ ਉਹਨੇ ਵੀ ਉੱਥੇ ਜਾ ਕੇ ਲੰਗਰ ਲਾਇਆ ਅਤੇ ਉਹਨਾਂ ਦਾ ਵਰਤ ਸੀ ਉਹਨਾਂ ਕਾਬੂ ਕਰ ਲਿਆ ਭਾਈ ਸਾਹਿਬ ਨੂੰ।
ਜਦੋਂ ਇਹ ਰਾਜੇ ਦੇ ਕੋਲ ਗਏ ਤੇ ਰਾਜੇ ਨੂੰ ਗਸ਼ ਪੈ ਗਈ, ਇਹੋ ਜਿਹਾ ਇਹਨਾਂ ਦਾ ਪ੍ਰਭਾਵ ਪਿਆ। ਉਹ ਗੁਰੂ ਕਾ ਸਿੱਖ ਬਣ ਗਿਆ ਤੇ ਕਹਿਣ ਲੱਗਾ, ਭਾਈ ਸਾਹਿਬ ਤੁਹਾਡੇ ਚੇਨੀ ਸੱਤਿਆ, ਗੁਰਦੇਵ ਤਾਂ ਵਿਖਾਓ ਭਲਾ। ਜਦੋਂ ਸੰਕੇਤ ਮੰਡੀ ਦਾ ਰਾਜਾ ਭਾਈ ਕਲਿਆਣੀ ਦੇ ਨਾਲ ਅੰਮ੍ਰਿਤਸਰ ਸਾਹਿਬ ਆਇਆ ਤੇ ਕੁਦਰਤੀ ਤੌਰ ਤੇ ਗੁਰੂ ਕੇ ਰਾਗੀ ਸਿੱਖ ਕੀਰਤਨ ਕਰ ਸਨ, ਲੇਖਨ ਬਿਟੀ ਹੇ ਸਖੀ ਜੋ ਲਿਖਿਆ ਕਰਤਾਰ, ਉਹ ਰੂਟੀਨ ਦੇ ਮੁਤਾਬਕ ਕੀਰਤਨ ਕਰ ਰਹੇ ਸਨ। ਰਾਜੇ ਦੇ ਮਨ ਵਿੱਚ ਇੱਕਦਮ ਖਿਆਲ ਆਇਆ ਵੀ ਜੇ ਲੇਖ ਹੀ ਨਹੀਂ ਮਿਟਣੇ ਤੇ ਇੱਥੇ ਆਉਣ ਦਾ ਕੀ ਫਾਇਦਾ। ਉਹਦਾ ਮਨ ਥੋੜ੍ਹਾ ਜਿਹਾ ਡੋਲਿਆ ਤੇ ਗੁਰਦੇਵ ਨੇ ਸਿਨੇਹਾ ਭੇਜਿਆ ਵੀ ਰਾਜਾ, ਇੱਥੇ ਸਿੱਖੀ ਧੱਕੇ ਨਾਲ ਨਹੀਂ ਦਿੱਤੀ ਜਾਂਦੀ, ਜੇ ਤੇਰਾ ਨਹੀਂ ਮਨ ਮੰਨਦਾ ਤੇ ਤੂੰ ਭਾਈ ਗੁਰਮਤਿ ਗ੍ਰਹਿਣ ਨਾ ਕਰੀ, ਪਰ ਤੂੰ ਪ੍ਰਦੇਸ਼ ਵਿੱਚੋਂ ਆਇਆ ਹੈ ਤੇ ਇਉਂ ਕਰ, ਦੋ ਚਾਰ ਦਿਨ ਇਲਾਕਾ ਹੀ ਵੇਖ ਜਾ। ਬੇਨਤੀ ਕਰ ਰਹੇ ਹਾਂ ਗੁਰੂ ਨਾਨਕ ਵੱਡਾ ਕਿਵੇਂ, ਆਪਾਂ ਉਸੇ ਵਿਸ਼ੇ 'ਤੇ ਮੁੜ ਕੇ ਆਵਾਂਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਤੇ ਰਾਜਾ ਟਿਕ ਗਿਆ। ਕੁਦਰਤੀ ਤੌਰ 'ਤੇ ਮੌਸਮ ਗਰਮੀ ਦਾ ਸੀ, ਹੁਣ ਤਾਂ ਸਰਾਵਾਂ ਨੇ ਬੜੇ ਪ੍ਰਬੰਧ ਨੇ, ਉਦੋਂ ਇਹੋ ਜਿਹਾ ਪ੍ਰਬੰਧ ਨਹੀਂ ਸੀ, ਤੰਬੂ ਸਨ। ਰਾਜਾ ਆਰਾਮ ਕਰਦਾ ਤੇ ਕੀ ਵੇਖਦਾ, ਸੁਪਨੇ ਵਿੱਚ ਉਹਦੀ ਸ਼ਾਦੀ ਹੋ ਗਈ। ਸੁਪਨੇ ਵਿੱਚ ਗੁਰੂ ਨਾਨਕ ਵੱਡਾ ਕਿਉਂ ਹੈ, ਸੁਪਨੇ ਵਿੱਚ ਸ਼ਾਦੀ ਹੋ ਗਈ, ਬੱਚੇ ਬੱਚੀਆਂ ਹੋ ਗਏ, ਬੜੀ ਗਰੀਬੀ ਹੈ ਤੇ ਗੁਰਮੁਖੋ ਜਾਗ ਖੁੱਲ ਗਈ। ਮਨ ਵਿਚਾਰਾਂ ਵਿੱਚ ਪੈ ਗਿਆ ਵੀ ਚੰਗਾ ਗੁਰੂ ਘਰ ਵਿੱਚ ਹੈ, ਸੁਪਨੇ ਵੀ ਮਾੜੇ ਆਉਣ ਲੱਗ ਪਏ। ਇੰਨੀ ਗਰੀਬੀ ਅਸੀਂ ਕਦੇ ਵੇਖੀ ਨਹੀਂ, ਬੜਾ ਪਛੇ ਮਾਨ ਜਿਹਾ ਵਿਚਾਰਾਂ ਵਿੱਚ ਹੈ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਰਾਜਨ ਤੈਨੂੰ ਲਾਕਾ ਵਿਖਾਈਏ। ਸਤਿਗੁਰੂ ਪਾਤਸ਼ਾਹ ਤੇ ਸੰਕੇਤ ਮੰਡੀ ਦਾ ਰਾਜਾ ਘੋੜਿਆਂ ਤੇ ਚੜ੍ਹ ਕੇ ਸੈਰ ਕਰਨ ਤੁਰ ਪਏ, ਜਿਹੜਾ ਖਾਲਸਾ ਕਾਲਜ ਵਾਲੀ ਜਗ੍ਹਾ ਹੈ ਨਾ। ਕਹਿੰਦੇ ਨੇ ਇਸ ਥਾਂ ਤੋਂ ਜਿਹੜਾ ਉਹ ਰਾਜੇ ਦਾ ਘੋੜਾ ਸੀ, ਉਹ ਅੱਗੋਂ ਪੰਛੀ ਉੱਡਿਆ ਤੇ ਇੰਨਾ ਸਰਪੱਟ ਦੌੜਿਆ, ਉਹ ਕੁੱਕੇ ਵਾਲੀ ਪਿੰਡ ਚਲਾ ਗਿਆ। ਉੱਥੇ ਜਾ ਕੇ ਢਾਬ ਸੀ ਪਾਣੀ ਦੀ, ਉਹਨੇ ਜਾ ਕੇ ਮੂੰਹ ਆ ਧੋਤਾ, ਘੋੜੇ ਨੂੰ ਪਾਣੀ ਪਿਆਇਆ। ਵੱਡਾ ਸਾਰਾ ਬੂਰ ਦਾ ਕੋਈ ਬੂਟਾ ਸੀ, ਉਹਦੇ ਥੱਲੇ ਬਹਿ ਗਿਆ ਤੇ ਅਜੇ ਉਹ ਬੈਠਾ ਹੀ ਹੈ। ਮਾੜੀ ਜੀ ਨੀਂਦ ਦੀ ਝਪਕੀ ਆਈ ਤੇ ਇੱਕ ਬੀਬੀ ਨੇ ਆ ਕੇ ਉਹਨੂੰ ਬਾਹੋਂ ਫੜ ਲਿਆ, ਕਹਿਣ ਲੱਗੀ, ਭਲਿਆ ਪੁਰਸ਼ਾ, ਮੈਂ ਤੇਰੀ ਜੀਵਨ ਸਾਥਣਾ, ਜੇ ਕੋਈ ਵਾਧਾ ਘਾਟਾ ਹੋ ਗਿਆ ਤੇ ਮੈਨੂੰ ਅਰਦੰਗੀ ਜਾਣ ਕੇ ਮਾਫ਼ ਕਰ, ਆਪਣੇ ਬੱਚੇ ਤਾਂ ਸਾਂਭ। ਇਹ ਇਤਿਹਾਸ ਮੈਂ ਬੇਨਤੀ ਕਰਦੇ ਹਾਂ, ਗੁਰੂ ਨਾਨਕ ਦੀ ਵਡਿਆਈ ਦਾ ਇਤਿਹਾਸ, ਹਿਸਟਰੀ ਹੈ ਸਾਡੀ। ਰਾਜਾ ਹੋਰ ਵਿਚਾਰਾਂ ਵਿੱਚ ਪੈ ਗਿਆ ਵੀ ਚੰਗਾ ਗੁਰੂ ਘਰ ਵਿੱਚ ਆਏ ਹਾਂ, ਪਹਿਲਾਂ ਸੁਪਨਾ ਮਾੜਾ ਆਇਆ, ਹੁਣ ਇਹ ਕਹਿੰਦੀ ਵੀ ਮੈਂ ਤੇਰੀ ਜੀਵਨ ਸਾਥਣ ਹਾਂ, ਤੇਰੀ ਪਤਨੀ ਹਾਂ, ਤੇਰੇ ਬੱਚੇ ਨੇ, ਮੈਂ ਇਹਨੂੰ ਜਾਣਦਾ ਵੀ ਨਹੀਂ, ਮੈਂ ਮੰਡੀ ਦਾ ਰਾਜਾ, ਇਹ ਕੀ ਚੱਕਰ ਬਣ ਗਿਆ। ਉਸ ਬੀਬੀ ਨੇ ਤਾਂ ਰੌਲਾ ਪਾਇਆ ਨਾ, ਅਤੇ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ ਅਤੇ ਉਹ ਵੀ ਕਹਿਣ ਲੱਗੇ ਵੀ ਭਾਈ, ਜੇ ਤੂੰ ਕਿਸੇ ਦੇ ਕੱਪੜੇ ਚੰਗੇ ਪਾ ਕੇ ਆ ਗਿਆ ਤਾਂ ਕੱਪੜਿਆਂ ਦਾ ਕੀ ਹੁੰਦਾ, ਬੱਚੇ ਤਾਂ ਸਾਂਭ, ਅਸੀਂ ਤੇਰੇ ਕੱਪੜੇ ਤਾਂ ਨਹੀਂ ਖੋਲ੍ਹੇ। ਉਹਦੀ ਖਾਨਿਓ ਗਈ ਅਤੇ ਉਹਨੇ ਚਿਰ ਨੂੰ ਗੁਰਪੰਚਮ ਪਾਤਸ਼ਾਹ ਚਲੇ ਗਏ। ਰਾਜਾ ਬੜਾ ਵਿਆਕਲ ਹੈ, ਕਹਿਣ ਲੱਗਾ ਜੀ ਮੇਰੇ 'ਤੇ ਇੱਕ ਇੱਕ ਮੇਰਾ ਕਿਰਪਾ ਕਰੋ, ਮੈਂ ਇੱਧਰ ਨਹੀਂ ਆਉਂਦਾ। ਕਹਿਣ ਲੱਗੇ, ਕਿਉਂ ਨਹੀਂ ਆਉਂਦਾ ਭਾਈ, ਇੱਕ ਮਾੜੀ ਜਗ੍ਹਾ। ਉਹ ਬੀਬੀ ਨੂੰ ਕਹਿਣ ਲੱਗੇ ਵੀ ਬੀਬਾ ਇਹ ਤੇਰਾ ਕੀ ਲੱਗਦਾ। ਕਹਿਣ ਲੱਗੀ ਜੀ ਮੈਂ ਇੰਨੇ ਸਾਲ ਵਿਆਹੀ ਇਹਦੇ ਨਾਲ ਰਹੀ ਹਾਂ, ਆ ਬੱਚੇ ਸਾਰੇ ਇਹਦੇ ਨੇ। ਉਹ ਹੈਰਾਨ ਹੈ ਵੀ ਮੈਂ ਇੱਥੇ ਆਇਆ ਨਹੀਂ, ਨਾ ਮੈਂ ਬੁੱਝਾ ਨਾ ਜਾਣਾ, ਅਤੇ ਬੱਚੇ ਕਿੱਥੋਂ ਆ ਗਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਧੀਏ ਰਾਣੀਏ ਇਹ ਚੱਕਰ ਕੀ ਹੈ,
ਉਹ ਕਹਿੰਦੀ ਜੀ ਇਹਨੇ ਪਖੰਡ ਕੀਤਾ ਮਰਨ ਦਾ ਅਤੇ ਮਰਿਆ ਨਹੀਂ। ਕਹਿੰਦੇ ਪਖੰਡ ਦਾ ਕੀ ਮਤਲਬ ਹੋਇਆ? ਕਹਿਣ ਲੱਗੀ ਜੀ ਇਹ ਮਰ ਗਿਆ ਸੀ ਅਤੇ ਅਸੀਂ ਦੱਬ ਦਿੱਤਾ ਸੀ ਅਤੇ ਪਤਾ ਨਹੀਂ ਕੀ ਗੱਲ ਵੀ ਕਬਰ 'ਚੋਂ ਕਿਵੇਂ ਨਿਕਲ ਕੇ ਭੱਜ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੀਬਾ ਹੁਣ ਤਾਂ ਤੁਹਾਡਾ ਫੈਸਲਾ ਹੋ ਜਾਏਗਾ, ਕਿਉਂਕਿ ਜੇ ਸਾੜਿਆ ਹੁੰਦਾ ਨਾ ਅਤੇ ਗੱਲ ਹੋਰ ਸੀ। ਹੁਣ ਤੂੰ ਕਹਿੰਦੀ ਵੀ ਦੱਬਿਆ ਅਤੇ ਆਪਾਂ ਕਬਰ ਪੁੱਟ ਕੇ ਵੇਖ ਲੈਂਦੇ ਅਤੇ ਜੇ ਤਾਂ ਕਬਰ 'ਚੋਂ ਮੁਰਦਾ ਮਿਲ ਗਿਆ ਤਾਂ ਇਹਨੂੰ ਛੱਡ ਦੇ, ਨਹੀਂ ਤਾਂ ਸਾਂਭ ਲਈ। ਰਾਜਾ ਹੋਰ ਵਿਚਾਰਾਂ 'ਚ ਪੈ ਗਿਆ ਵੀ ਜੇ ਮੁਰਦਾ ਨਾ ਮਿਲਿਆ ਮੈਂ ਤਾਂ ਮਰਿਆ ਨਾ। ਹਜ਼ੂਰ ਨੇ ਦਿਲਾਸਾ ਦਿੱਤਾ, ਰਾਜਾ ਘਬਰਾ ਨੇ ਜੋ ਜਾ ਕੇ ਕਬਰ ਪੁੱਟੀ ਅਤੇ ਉਹਨਾਂ ਦਾ ਮੁਰਦਾ ਮਿਲ ਗਿਆ। ਰਾਜਾ ਗੁਰੂ ਪਾਤਸ਼ਾਹ ਨੂੰ ਕਹਿਣ ਲੱਗਾ, ਪਾਤਸ਼ਾਹ ਚਲੋ ਮੇਰੀ ਜਾਨ ਤਾਂ ਬਚ ਗਈ ਪਰ ਇੱਕ ਬੇਨਤੀ ਹੈ, ਜਿਹੜਾ ਇਹ ਮੈਂ ਬੀਬੀ ਵੇਖੀ ਹੈ ਨਾ ਸੁਪਨੇ ਦੇ ਵਿੱਚ, ਕੱਲ੍ਹ ਮੇਰਾ ਵਿਆਹ ਹੋਇਆ ਉਹਦੇ ਨਾਲ ਸੁਪਨੇ 'ਚ, ਜਿਹੜੇ ਬੱਚੇ ਮੈਨੂੰ ਵਿਖਾਏ ਨੇ ਸੁਪਨੇ 'ਚ, ਮੇਰੇ ਬੱਚੇ ਮੇਰੇ ਘਰ ਹੋਏ ਨੇ, ਇਹ ਚੱਕਰ ਕੀ ਹੈ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਗੁਰੂ ਨਾਨਕ ਨੇ ਤੇਰਾ ਸ਼ੰਕਾ ਨਿਵਰਤ ਕੀਤਾ, ਇਹ ਜੁਨਾ ਤੂੰ ਭੋਗੀਆਂ ਸਨ ਤੇਰੇ ਘਰੇ ਬੱਚੇ ਹੋਣੇ ਸਨ, ਤੂੰ ਗੁਰੂ ਨਾਨਕ ਦੇਵ ਘਰ ਵਿੱਚ ਆ ਕੇ ਮੱਥਾ ਟੇਕਿਆ ਅਤੇ ਤੇਰਾ ਗੇੜਾ ਸੁਪਨੇ 'ਚ ਪੂਰਾ ਹੋ ਗਿਆ। ਇਹ ਗੁਰਮੁਖ ਇਤਿਹਾਸ ਹੈ ਗੁਰੂ ਕੇ ਬਾਗ ਦਾ, ਜਿਹੜਾ ਗੁਰੂ ਕਾ ਬਾਗ ਹੈ ਨਾ, ਇਹ ਘਟਨਾ ਉੱਥੋਂ ਦੀ ਹੈ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਿੱਖ ਦਾ ਜੰਮਣ ਅਤੇ ਮਰਨ ਦਾ ਗੇੜਾ ਸੁਪਨੇ ਵਿੱਚ ਪੂਰਾ ਕਰ ਦਿੱਤਾ। ਸੁਪਨੇ ਦੇ ਵਿੱਚ ਤੋ ਇਸ ਪ੍ਰਕਾਰ ਕਹਿਣ ਤੋਂ ਭਾਵ ਇਹ ਹੈ ਕਿ ਸਾਡੇ ਗੁਰੂ ਨੇ ਸਾਡੇ ਤੇ ਰਹਿਮਤ ਕੀਤੀ, ਸਾਡਾ ਜੰਮਣ ਅਤੇ ਮਰਨ ਦਾ ਗੇੜਾ ਕੱਢ ਦਿੱਤਾ। ਪਰ ਉਹਨਾਂ ਨੇ ਇੱਕ ਸਿਧਾਂਤ ਦਿੱਤਾ, ਕਹਿੰਦੇ ਗੁਰਮੁਖੋਂ ਸਿੱਖੀ ਬੜੀ ਬਕੀਮਤੀ ਹੈ, ਇਹ ਪਦਾਰਥਾਂ ਨਾਲ ਨਹੀਂ ਮਿਲਦੀ, ਇਹ ਪੈਸਿਆਂ ਨਾਲ ਨਹੀਂ ਮਿਲਦੀ। ਗੁਰੂ ਨਾਨਕ ਨੇ ਇੱਕ ਸੰਦੇਹ ਦਿੱਤਾ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਰ ਨਾ ਕੀਜੈ। ਆਪਾਂ ਗੇਮਾਂ ਵੇਖਦੇ ਹਾਂ, ਵਾਲੀਬਾਲ ਦੀ ਗੇਮ ਹੈ, ਫੁੱਟਬਾਲ ਦੀ ਗੇਮ ਹੈ, ਬੇਅੰਤ ਨੇ ਗੇਮਾਂ, ਪਰ ਬਾਬੇ ਨਾਨਕ ਦੇ ਘਰ ਦੀ ਗੇਮ ਹੈ ਪ੍ਰੇਮ ਦੀ ਗੇਮ। ਅਤੇ ਪ੍ਰੇਮ ਦੀ ਗੇਮ ਦਾ ਅਰਥ ਮੈਂ ਆਪਣੇ ਉਸਤਾਦ ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਕੋਲੋਂ ਪੜ੍ਹਿਆ। ਉਹ ਕਹਿੰਦੇ ਸਨ ਪ੍ਰੇਮ ਦਾ ਅਰਥ ਹੁੰਦਾ ਸੀ ਮੈਂ ਤੋਂ ਪਰਾਂ ਹੋਣਾ, ਜਿੰਨਾ ਚਿਰ ਮੈਂ ਹਾਂ ਨਾ ਉਹਨਾਂ ਚਿਰ ਪ੍ਰੇਮ ਨਹੀਂ। ਪ੍ਰੇਮ ਦੇ ਵਿੱਚ ਬੰਦੇ ਦੀ ਮੈਂ ਚਲੀ ਜਾਂਦੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰਮੁਖਾ ਗੁਰੂ ਦੇ ਘਰ ਵਿੱਚ ਪ੍ਰੇਮ ਦੀ ਖੇਡ ਹੈ, ਅਤੇ ਜੇ ਖੇਡਣੀ ਹੈ ਨਾ ਇੱਥੇ ਬੈਟ ਬਾਲ ਨਹੀਂ, ਇੱਥੇ ਤਲੀ 'ਤੇ ਸਿਰ ਰੱਖ ਕੇ ਆਉਣਾ ਪਏਗਾ। ਸਿਰ ਦੀਜੈ ਕਾਲ ਨਾ ਕੀਜੈ। ਇਹ ਗੱਲਾਂ ਕੇਵਲ ਅਤੇ ਕੇਵਲ ਕਾਵਿ ਦੇ ਰੂਪ ਵਿੱਚ ਨਹੀਂ, ਆਪਾਂ ਵੇਖਿਆ ਬਾਬਾ ਦੀਪ ਸਿੰਘ ਨੇ ਤਲੀ 'ਤੇ ਸੀਸ ਰੱਖ ਕੇ ਗੁਰੂ ਰਾਮਦਾਸ ਦੇ ਦਰ 'ਤੇ ਆਖਿਆ, ਪਾਤਸ਼ਾਹ ਮੇਰਾ ਬੁੱਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਮਰਨ ਦੀਆਂ ਗੱਲਾਂ ਜਿਹੜੇ ਲੋਕ ਬਾਅਦ ਵਿੱਚ ਕਰਦੇ ਨੇ ਨਾ,
ਜੇ ਗੁਰੂ ਨਾਨਕ ਦੇਵ ਘਰ ਵਿੱਚ ਆਉਣਾ ਤੇ ਪਹਿਲਾਂ ਮੌਤ ਪ੍ਰਵਾਨ ਕਰ, ਮੌਤ ਪ੍ਰਵਾਨ ਕਰ। ਔਰ ਗੁਰੂ ਦੇ ਸਿਧਾਂਤ ਵਾਸਤੇ ਕੁਰਬਾਨੀ ਦੇਣੀ ਉਹਨੂੰ ਕਹਿੰਦੇ ਨੇ ਸ਼ਹਾਦਤ। ਅਸੀਂ ਆਮ ਕਰਕੇ ਕਹਿੰਦੇ ਹਾਂ ਵੀ ਸਭ ਤੋਂ ਪਹਿਲੀ ਸ਼ਹੀਦੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਦੀ ਹੋਈ। ਉਹਦੇ ਤੋਂ ਬਾਅਦ ਭਾਈ ਮਤੀ ਦਾਸ, ਬਾਬਾ ਦਿਆਲ ਦਾਸ, ਭਾਈ ਸਤੀ ਦਾਸ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਸ਼ਹੀਦੀ ਦਿੱਤੀ ਦਿੱਲੀ 'ਚ। ਪਰ ਆਪਾਂ ਇਤਿਹਾਸ ਦੇ ਪੰਨਿਆਂ ਨੂੰ ਵੇਖੀਏ ਤੇ ਸ਼ਹੀਦੀ ਦੀ ਪਰੰਪਰਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਮੌਕੇ ਤੋਂ ਆਰੰਭ ਹੋ ਗਈ। ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਡਾਕਟਰ ਕੰਵਰ ਅਜੀਤ ਸਿੰਘ, ਉਹਨਾਂ ਨੇ ਇੱਕ ਪੁਸਤਕ ਲਿਖੀ ਹੈ ਪਹਿਲੇ ਸਿੱਖ ਸ਼ਹੀਦ। ਉਹ ਤੁਹਾਨੂੰ ਵੀ ਬੜੀ ਓਪਰੀ ਜਾਪੇਗੀ ਤੇ ਮੈਂ ਪੜ੍ਹੀ ਹੈ, ਪਰ ਮੈਨੂੰ ਵੀ ਪਹਿਲਾਂ ਓਪਰੀ ਜਾਪਦੀ ਸੀ, ਪਰ ਉਹ ਲਿਖਤ ਰੂਪ ਵਿੱਚ ਹੈ। ਉੱਥੇ ਲਿਖਿਆ ਕਿ ਦੀਨ ਦੁਨੀਆਂ ਦੇ ਮਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੱਕੇ ਗਏ ਨੇ ਨਾ, ਤੇ ਉੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਲ ਦੋ ਧਾਰਮਿਕ ਵਿਦਵਾਨਾਂ ਮਹਾਂਪੁਰਸ਼ਾਂ ਦੀ ਚਰਚਾ ਹੋਈ। ਉਹਨਾਂ ਦਾ ਨਾਮ ਹੈ ਰੁਕਨ ਦੀਨ ਤੇ ਦੂਜੇ ਦਾ ਨਾਮ ਹੈ ਬਾਵਲ ਹੱਕ। ਵਿਚਾਰਾਂ ਕਰਦਿਆਂ ਕਰਦਿਆਂ ਉਹ ਗੁਰੂ ਪਾਤਸ਼ਾਹ ਦੇ ਸਿਧਾਂਤ ਤੋਂ ਇੰਨੇ ਸੰਤੁਸ਼ਟ ਹੋਏ, ਉਹਨਾਂ ਦਾ ਮਨ ਇੰਨਾ ਮੰਨ ਗਿਆ, ਉਹ ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗੇ ਮੇਰੇ ਮਾਲਕਾ ਤੂੰ ਸਾਡਾ ਮੁਰਸ਼ਦ ਹੈ, ਅਸੀਂ ਤੇਰੇ ਮੁਰੀਦ ਹਾਂ, ਸਾਨੂੰ ਇਹੋ ਜਿਹੀ ਦਾਤ ਦੇ ਕੇ ਜਾ ਜਿਹੜੀ ਪ੍ਰਲੋਕ ਤੱਕ ਨਾਲ ਜਾਏ। ਆਪਾਂ ਗੁਰਮੁਖੋ ਜਿੰਨੇ ਵੀ ਬੈਠੇ ਹਾਂ ਨਾ, ਸਾਡੀ ਇਸ ਲੋਕ ਵਾਸਤੇ ਤਾਂ ਬੜੀ ਦੌੜ, ਪਰ ਆਪਾਂ ਕਦੇ ਪ੍ਰਲੋਕ ਦਾ ਫਿਕਰ ਨਹੀਂ ਕੀਤਾ। ਆਪਾਂ ਇਸ ਲੋਕ ਦਾ ਬੜਾ ਫਿਕਰ ਕਰਦੇ ਹਾਂ। ਬੜੀ ਸਾਦੀ ਜੀ ਮਿਸਾਲ ਵੀ ਆਪਾਂ ਇੰਡੀਆ 'ਚੋਂ ਸਾਰੇ ਆਏ ਪੰਜਾਬ 'ਚੋਂ, ਅਤੇ ਜਦੋਂ ਆਪਾਂ ਆਉਣਾ ਹੋਵੇ ਨਾ ਤੇ ਆਪਾਂ ਮਹੀਨਾ ਪਹਿਲਾਂ ਕਹਿ ਦਿੰਦੇ ਵੀ ਮੈਂ ਲੀੜੇ ਕੱਪੜੇ ਦਾ ਪ੍ਰਬੰਧ ਕਰ ਦਿਓ, ਭਾਵੇਂ ਆਪਾਂ ਮਹੀਨੇ ਨੂੰ ਮੁੜ ਜਾਣਾ ਹੋਵੇ। ਜਿੱਥੇ ਮਹੀਨੇ ਦੀ ਯਾਤਰਾ ਕਰਨ ਲਈ ਪ੍ਰਬੰਧ ਕਰਦੇ ਹਾਂ ਤੇ ਜਿਹੜੀ ਯਾਤਰਾ ਤੋਂ ਆਪਾਂ ਮੁੜਨਾ ਹੀ ਨਹੀਂ ਮੁੜ ਕੇ ਦੁਬਾਰਾ, ਉਹਦਾ ਪ੍ਰਬੰਧ ਵੀ ਕਰਨਾ ਚਾਹੀਦਾ। ਇਹ ਤਾਂ ਨਾ ਮਹੀਨੇ ਦਸਾਂ ਦਿਨਾਂ ਦੀ ਯਾਤਰਾ 'ਤੇ ਆਪਾਂ ਆਖਿਆ ਵੀ ਮੈਨੂੰ ਇੰਨੇ ਕੱਪੜੇ ਦੇ ਦਿਓ, ਆਹ ਕੁਝ ਦੇ ਦਿਓ, ਇਹਦਾ ਪ੍ਰਬੰਧ ਕਰਦੇ ਹਾਂ, ਪਰ ਜਿਹੜੀ ਯਾਤਰਾ ਤੋਂ ਆਪਾਂ ਮੁੜਨਾ ਹੀ ਨਹੀਂ ਗਿਆ ਉਹਦਾ ਪ੍ਰਬੰਧ ਵੀ ਆਪਾਂ ਕਰੀਏ। ਉਹਦੇ ਬਾਰੇ ਵੀ ਸੋਚੀਏ, ਉਹ ਕੀ ਹੈ? ਵਾਹਿਗੁਰੂ ਦਾ ਨਾਮ, ਪਰਮੇਸ਼ਰ ਦੀ ਰਹਿਮਤ। ਉਹ ਮੁਸਲਮਾਨ ਧਾਰਮਿਕ ਬਜ਼ੁਰਗ ਰੁਕਨ ਦੀਨ ਤੇ ਬਹਾਵਲ ਆ ਕਹਿਣ ਲੱਗੇ ਵੀ ਬਾਬਾ ਜੀ ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਸਾਨੂੰ ਇਹੋ ਜਿਹੀ ਮਹਾਨ ਦਾਤ ਦੇ ਕੇ ਦਿਓ ਜੀ ਪ੍ਰਲੋਕ ਤੱਕ ਨਾਲ ਜਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ। ਜਪਜੀ ਸਾਹਿਬ ਦੇ ਪਾਠ ਵਿੱਚ ਕਿੰਨੀ ਮਾਨਤਾ ਹੈ, ਕਿੰਨੀ ਤਾਕਤ ਹੈ। ਉਹ ਗੁਰਮੁਖੋ ਪਾਠ ਕਰਨ ਲੱਗ ਪਿਆ ਰੁਕਨ ਦੀਨ, ਇੱਕ ਨਹੀਂ ਦੋ ਨਹੀਂ, ਜਦੋਂ ਵੀ ਟਾਈਮ ਮਿਲਦਾ ਲੱਗਾ ਰਹਿੰਦਾ ਹੈ। ਉਹਦਾ ਭਾਈਚਾਰਾ ਕਹਿਣ ਲੱਗਾ ਰੁਕਨ ਦੀਨ ਦਾ, ਸਿਆਣਾ ਬਣ ਭਾਈ, ਤੂੰ ਬਾਕੀ ਦੇ ਕੰਮ ਛੱਡ ਕੇ ਤੇ ਜਪਜੀ ਸਾਹਿਬ ਵੀ ਪੜ੍ਹੀ ਜਾਂਦਾ, ਇਹ ਬਾਣੀ ਕਲਾਮ ਹੀ ਪੜ੍ਹੀ ਜਾਣਾ, ਕਲਾਮ ਕਹਿੰਦੇ ਨੇ। ਉਹ ਕਹਿੰਦਾ ਕੀ ਕਰਾਂ, ਇਹ ਮੇਰੇ ਗੁਰੂ ਨਾਨਕ ਦੀ ਕਲਾਮ ਹੈ ਤੇ ਗੁਰੂ ਨਾਨਕ ਮੇਰੇ ਹਿਰਦੇ ਵਿੱਚ ਵੱਸ ਗਿਆ, ਮੈਂ ਗੁਰੂ ਨਾਨਕ ਨੂੰ ਆਪਣੇ ਹਿਰਦੇ 'ਚੋਂ ਕਿਵੇਂ ਕੱਢ ਦਿਆਂ। ਇਹ ਉਸ ਰੁਕਨ ਦੀਨ ਨੇ ਗੱਲ ਕਹੀ ਜਪਜੀ ਸਾਹਿਬ ਦੀ ਬਾਣੀ ਜਿਹੜੀ ਨਾ ਗੁਰੂ ਨਾਨਕ ਦੀ ਕਲਾਮ ਹੈ, ਗੁਰੂ ਨਾਨਕ ਮੇਰੇ ਹਿਰਦੇ 'ਚ ਵੱਸ ਗਿਆ,
ਮੇਰੇ ਰੋਮ ਰੋਮ ਵਿੱਚ ਸਮਾ ਗਿਆ ਅਤੇ ਮੈਂ ਗੁਰੂ ਨਾਨਕ ਨੂੰ ਆਪਣੇ ਹਿਰਦੇ 'ਚੋਂ ਕਿਵੇਂ ਕੱਢਦਿਆਂ। ਗੱਲ ਇੱਥੇ ਨਹੀਂ ਮੁੱਕੀ, ਇਹ ਜਪਜੀ ਸਾਹਿਬ ਦਾ ਪਾਠ ਕਰਨ ਕਰਕੇ ਗੁਰਮੁਖ ਉਹਨੂੰ 20 ਦਿਨ ਤੱਤੇ ਰੇਤੇ ਵਿੱਚ ਦੱਬਦੇ ਰਹੇ ਵੀ ਇਹ ਪਾਠ ਕਰਨਾ ਛੱਡ ਦੇ, ਇਹ ਬਾਣੀ ਪੜ੍ਹਨੀ ਛੱਡ ਦੇ। ਉਹਨੇ ਨਹੀਂ ਛੱਡੀ ਔਰ ਠੀਕ 21 ਦਿਨ ਜਪਜੀ ਸਾਹਿਬ ਦਾ ਪਾਠ ਕਰਨ ਕਰਕੇ ਉਹਦਾ ਸਿਰ ਕਲਮ ਕੀਤਾ ਗਿਆ। ਇੱਥੇ ਕਈ ਗੁਰਮੁਖ ਪਿਆਰੇ ਸ਼ੰਕਾ ਕਰਨਗੇ ਵੀ ਗਿਆਨੀ, ਇੱਕ ਪਾਸੇ ਤੁਸੀਂ ਕਹਿੰਦੇ ਰੁਕਨ ਦੀਨ, ਇੱਕ ਪਾਸੇ ਤੁਸੀਂ ਕਹਿੰਦੇ ਪਹਿਲਾਂ ਸਿੱਖ ਸ਼ਹੀਦੇ, ਦੋਵੇਂ ਗੱਲਾਂ ਕਿਵੇਂ ਹੋਈਆਂ? ਜਿਹੜਾ ਗੁਰੂ ਕੀ ਬਾਣੀ ਤੋਂ ਆਪਣਾ ਆਪਾ ਕੁਰਬਾਨ ਕਰਦਾ ਉਹ ਗੁਰਸਿੱਖ ਹੈ, ਕਿਉਂਕਿ ਸਿੱਖ ਦਾ ਮੇਨ ਵਿਸ਼ਵਾਸ ਗੁਰੂ ਕੀ ਬਾਣੀ ਉੱਪਰ ਹੈ। ਉਹ ਰੁਕਨ ਦੀਨ ਜਪਜੀ ਸਾਹਿਬ ਦੇ ਪਾਠ ਤੋਂ ਆਪਣੀ ਜਾਨ ਕੁਰਬਾਨ ਕਰ ਗਿਆ। ਜਿਹੜਾ ਭਾਵ ਲੱਗ ਸੀ ਮੇਰਾ ਇਹ ਕਹਿਣ ਤੋਂ ਭਾਵ ਹੈ ਵੀ ਆਪਾਂ ਗੁਰੂ ਦੀ ਇਹ ਰਹਿਮਤ ਨੂੰ, ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਈਏ, ਕੇਵਲ ਗੱਲਾਂ ਨਾ ਕਰੀਏ। ਜਿਹੜਾ ਭਾਵ ਲੱਗ ਸੀ ਆਪਾਂ, ਇੱਕ ਸਾਖੀ ਬਹੁਤ ਮਸ਼ਹੂਰ ਹੈ ਜਿਹਨੂੰ ਵਿਚਾਰਾਂਗੇ ਨਾ, ਮਹਾਰਾਜ ਚਮਕੌਰ ਤੋਂ ਨਿਕਲਣਾ ਅਤੇ ਅੱਗੇ ਜਾ ਕੇ ਆਉਂਦਾ ਵੀ ਗੁਰੂ ਪਾਤਸ਼ਾਹ ਉੱਚਦੇ ਹੀ ਪੀਰ ਬਣੇ, ਆਪਾਂ ਸਾਰਿਆਂ ਨੂੰ ਸੁਣਦੇ। ਆਪਾਂ ਉਹਦਾ ਕਾਰਨ ਵੀ ਇਹ ਲੱਭਾ, ਉੱਚਦੇ ਪੀਰ ਬਣਨ ਤੋਂ ਜਿਹੜਾ ਭਾਵ ਲੱਗ ਸੀ ਨਾ, ਉਹਨੂੰ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਵੀ ਭਾਵਲ ਹੱਕ, ਇੱਕ ਰੋਮਾਂ ਦੀ ਬਿਦਵੀ ਨਾ ਕਰਾਈ ਅਤੇ ਇੱਕ ਜਪਜੀ ਸਾਹਿਬ ਨਾ ਛੱਡੀ। ਵੇਖੋ ਗੁਰਮੁਖੋ ਹੈਰਾਨੀ ਦੀ ਗੱਲ, ਉਹ ਮੁਸਲਮਾਨ ਨੇ ਉਹਦੇ ਤੋਂ ਬਾਅਦ ਆਪਣੇ ਰੋਮ ਨਹੀਂ ਮਨਾਇਆ। ਇੱਥੇ ਗੱਲ ਨਹੀਂ ਜੇ ਮੁੱਕੀ, ਉਹਦੀ ਗੱਦੀ ਅੱਜ ਵੀ ਭਾਵਲਪੁਰ ਪਾਕਿਸਤਾਨ ਚੱਲਦੀ ਅਤੇ ਜਿਹੜਾ ਉਸ ਗੱਦੀ 'ਤੇ ਬਹਿੰਦਾ ਉਹ ਆਪਣੇ ਕੇਸ ਨਹੀਂ ਬਣਾਉਂਦਾ ਅੱਜ ਤੱਕ। ਇੱਕ ਗੱਲ ਅਤੇ ਦੂਜਾ, ਉਹ ਅੰਮ੍ਰਿਤ ਵੇਲੇ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ, ਨਮਾਜ਼ ਪੜ੍ਹਦੇ ਨੇ ਕਿਉਂਕਿ ਮੁਸਲਮਾਨ ਪੜ੍ਹਾ ਰਹੇ ਨਾਲ, ਲੇਕਿਨ ਨਮਾਜ਼ ਪੜ੍ਹਨ ਤੋਂ ਪਹਿਲਾਂ ਉਹ ਜਪਜੀ ਸਾਹਿਬ ਦਾ ਪਾਠ ਕਰਦੇ ਕਹਿੰਦੇ ਭੀਤਾਂ ਦੀਆਂ ਚਾਬੀਆਂ ਤਾਂ ਬਾਬੇ ਨਾਨਕ ਕੋਲ ਨੇ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉੱਚ ਦੇ ਪੀਰ ਤਾਂ ਬਣੇ ਕਿਉਂਕਿ ਉਹ ਰੋਮ ਨਹੀਂ ਬਣਾਉਂਦੇ। ਕਲਗੀਧਰ ਪਾਤਸ਼ਾਹ ਸਾਬਤ ਸੂਰਤ ਨੇ ਤੇ ਜੋ ਤੁਰਕ ਵੇਖ ਵੀ ਲੈਂਦੇ ਤੇ ਉਹਨਾਂ ਕਹਿਣਾ ਸੀ ਵਾਕਿਆ ਉੱਚ ਦੇ ਪੀਰ ਨੇ, ਬਾਕੀ ਤਾਂ ਲਾਮਾ ਕਟਾਉਂਦੇ ਨੇ। ਇਹਦੇ ਤੋਂ ਬਾਅਦ ਲਾਹੌਰ ਸ਼ਹਿਰ ਵਿੱਚ ਇੱਕ ਭਾਈ ਤਾਰੂ ਜੀ ਹੋਏ ਹਨ, ਤਾਰੂ ਜੀ, ਇਹ ਤਾਰੂ ਨਾਮ ਦੇ ਕਈ ਗੁਰਸਿੱਖ ਹਨ। ਇੱਕ ਤਾਰੂ ਪੋਪ ਤੋਂ ਆਇਆ ਲਾਹੌਰ ਸ਼ਹਿਰ ਵਿੱਚ, ਬਾਬਰ ਦੇ ਬੰਦਿਆਂ ਨੇ ਅੱਗ ਲਾ ਦਿੱਤੀ ਅੱਗ, ਉਹ ਭਾਈ ਤਾਰੂ ਪਾਣੀ ਦੀਆਂ ਬਾਲਟੀਆਂ ਭਰ ਕੇ ਅਤੇ ਅੱਗ ਬੁਝਾਉਂਦਾ ਹੈ, ਇੱਕ ਬੰਦਾ ਨੌਜਵਾਨ। ਮੁਲਾਜ਼ਮਾਂ ਨੇ ਉਹਨੂੰ ਕਾਬੂ ਕਰ ਲਿਆ ਅਤੇ ਕਹਿੰਦੇ ਉਹ ਭਲਿਆ ਪੁਰਸ਼ਾ ਸਿਆਣਾ ਬਣ, ਤੈਨੂੰ ਪਤਾ ਹੋਣਾ ਚਾਹੀਦਾ ਵੀ ਇਹ ਬਾਬਰ ਦੇ ਹੁਕਮ ਨਾਲ ਅੱਗ ਲੱਗੀ, ਬਾਬਰ ਦੇ ਹੁਕਮ ਨਾਲ। ਕਹਿਣ ਲੱਗਾ ਤਾਂ ਹੀ ਉਹ ਤਾਂ ਬੁਝਾਉਣਾ ਭਾਈ, ਕਿਉਂ ਭਾਈ? ਕਹਿੰਦਾ ਤੁਸੀਂ ਬਾਬਰ ਕਿਉਂ? ਮੈਂ ਬਾਬੇ ਦਾ ਹਾਂ, ਬਾਬਰ ਦਾ ਕੰਮ ਅੱਗ ਲਾਉਣਾ ਅਤੇ ਬਾਬੇ ਦਾ ਕੰਮ ਬੁਝਾਉਣਾ ਹੈ। ਆਪਾਂ ਜੀ ਗੁਰੂ ਨਾਨਕ ਦੇ ਸਿੱਖ ਹਾਂ ਨਾ, ਅਤੇ ਆਪਾਂ ਇਸ ਗੱਲ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ, ਆਪਾਂ ਅੱਗ ਬੁਝਾਉਣੀ ਹੈ, ਆਪਾਂ ਠੰਡ ਵਰਤਾਉਣੀ ਹੈ, ਆਪਾਂ ਟੁੱਟਿਆਂ ਨੂੰ ਜੋੜਨਾ ਹੈ। ਇਹਦੇ ਨਾਲ ਇੱਕ ਮੈਨੂੰ ਬੜਾ ਸੁੰਦਰ ਦ੍ਰਿਸ਼ਟਾਂਤ ਚੇਤੇ ਆ ਬਾਬੇ ਫਰੀਦ ਦੇ ਜੀਵਨ 'ਚੋਂ।
ਬਾਬਾ ਫਰੀਦ ਦੇ ਕੋਲ ਇੱਕ ਪ੍ਰੇਮੀ ਜਨ ਆਇਆ। ਜਿਵੇਂ ਆਪਾਂ ਕੋਈ ਵੀ ਚੀਜ਼ ਨਵੀਂ ਕਾਰਖਾਨਾ ਆਰੰਭ ਕਰੀਏ ਜਾਂ ਦੁਕਾਨ ਖੋਲ੍ਹੀ ਤਾਂ ਆਪਾਂ ਕਹਿੰਦੇ ਪਹਿਲਾਂ ਗੁਰਦੁਆਰੇ ਭੇਟ ਕਰਕੇ ਆਓ। ਮੈਨੂੰ ਪੰਜਾਬ ਦਾ ਚੇਤਾ ਹੈ, ਕਿਸੇ ਨੇ ਲਾਲ ਮਿਰਚਾਂ ਬੀੜੀਆਂ ਦੇ ਪਹਿਲਾਂ ਜੇ ਹੋਣੀਆਂ ਨਾ ਕਿਲੋ ਦੋ ਕਿਲੋ ਕਹਿਣਾ ਗੁਰਦੁਆਰੇ ਮਿਰਚਾਂ ਚੜ੍ਹਾ ਕੇ ਆਓ, ਜੇ ਕਿਸੇ ਸਬਜ਼ੀ 'ਤੇ ਉਹਨੇ ਗੁਰਦੁਆਰੇ ਚੜ੍ਹਾਉਣੀ। ਅੱਗੇ ਆਪਾਂ ਕਣਕਾਂ ਗਾਉਂਦੇ ਸਾਂ ਖੇਤਾਂ ਫੜਿਆਂ ਤੋਂ, ਜਦੋਂ ਗੱਡਾ ਆਣ ਕੇ ਪਿੰਡ ਉਤਾਰਨਾ ਅਤੇ ਪਹਿਲਾਂ ਪੀਪਾ ਗੁਰਦੁਆਰੇ। ਹੁਣ ਤਾਂ ਆਪਾਂ ਸਾਰਾ ਛੱਡੀ ਜਾਣੇ, ਸਾਡੀ ਢਲਿਆਈ ਹੈ, ਵਿਆਹ ਸ਼ਾਦੀ ਹੋਣੀ, ਜੰਝ ਆਉਣੀ, ਪ੍ਰਾਹੁਣੇ ਆਉਣੇ ਸਾਡੇ ਘਰ, ਅਤੇ ਕਹਿਣਾ ਜੰਝ ਨੂੰ ਰੋਟੀ ਖਾਣ ਤੋਂ ਪਹਿਲਾਂ ਗੁਰਦੁਆਰੇ ਰੋਟੀ ਪਹੁੰਚਾਓ, ਪਹਿਲਾਂ ਗੁਰਦੁਆਰਾ ਬਾਅਦ ਵਿੱਚ ਅਸੀਂ। ਇਹ ਬੜੀ ਇੱਕ ਚੰਗੀ ਪਰੰਪਰਾ ਸੀ। ਉਸ ਬੰਦੇ ਨੇ ਕਾਰਖਾਨਾ ਲਾਇਆ ਕਿੰਚੀਆਂ ਦਾ, ਅਤੇ ਬਾਬਾ ਫਰੀਦ ਕੋਲ ਆਇਆ ਅਤੇ ਕਹਿਣ ਲੱਗਾ, ਬਾਬਾ ਜੀ ਇੱਕ ਦਾਸ ਦੀ ਭੇਟਾ ਪ੍ਰਵਾਨ ਕਰੋ, ਜਿਹੜੀ ਭੇਟਾ ਨਾ ਇਹ ਗੁਰਮੁਖੋਂ ਹਮੇਸ਼ਾ ਛੋਟੇ ਵੱਲੋਂ ਵੱਡੇ ਨੂੰ ਦਿੱਤੀ ਜਾਂਦੀ ਹੈ, ਭੇਟਾ ਜਿਹੜੀ ਬਖਸ਼ਿਸ਼ ਹੈ ਉਹ ਵੱਡੇ ਵੱਲੋਂ ਛੋਟੇ ਨੂੰ ਦਿੱਤੀ ਜਾਂਦੀ ਛੋਟੇ ਨੂੰ। ਉਹ ਕਹਿਣ ਲੱਗਾ, ਜੀ ਮੇਰੀ ਭੇਟਾ ਪ੍ਰਵਾਨ ਕਰੋ। ਬਾਬਾ ਫਰੀਦ ਜੀ ਕਹਿਣ ਲੱਗ, ਗੁਰਮੁਖਾ ਤੇਰੀ ਕੈਂਚੀ ਆਏ ਤਾਂ ਬੜੀ ਵਧੀਆ, ਪਰ ਜੇ ਕਿਤੇ ਸੂਈ ਦੇਣੋ ਨਾ ਤਾਂ ਬੜਾ ਚੰਗਾ ਸੀ। ਉਹ ਬੰਦਾ ਹੱਸ ਕੇ ਕਹਿਣ ਲੱਗਾ, ਬਾਬਾ ਜੀ ਉਹ ਭੋਲੀਆਂ ਗੱਲਾਂ ਕਰਦੇ ਹੋ ਨਾ, ਭੋਲੀਆਂ, ਮੈਂ ਕੈਂਚੀ ਮਹਿੰਗੀ ਹੈ, ਸੂਈ ਸਸਤੀ ਹੈ। ਉਹ ਕਹਿੰਦੇ, ਭਲਿਆ ਠੀਕ ਹੈ ਤੇਰੀ ਆਪਣੀ ਸੋਚ, ਇੱਥੇ ਮਹਿੰਗੀ ਅਤੇ ਸਸਤੀ ਦੀ ਗੱਲ ਨਹੀਂ, ਇੱਥੇ ਗੱਲ ਹੈ ਸਧਾਨ ਦੀ। ਜਿਹੜੀ ਸੂਈ ਹੈ ਅਤੇ ਕੈਂਚੀ ਦਾ ਫਰਕ ਹੈ ਵੀ ਕੈਂਚੀ ਜੁੜਿਆਂ ਨੂੰ ਲੀਰੋ ਲੀਰ ਕਰਦੀ ਅਤੇ ਸੂਈ ਪਾਟਿਆਂ ਨੂੰ ਜੋੜਦੀ। ਸੂਈ ਦੀ ਇੰਪੋਰਟੈਂਸ ਇਹ ਹੈ, ਸੂਈ ਦੀ ਮਾਨਤਾ ਇਹ ਵੀ ਪਾਟਿਆਂ ਨੂੰ ਜੋੜ ਦਿੰਦੀ ਹੈ, ਅਤੇ ਕੈਂਚੀ 'ਚ ਕਮਜ਼ੋਰੀ ਹੈ ਵੀ ਉਹ ਇੱਕਦਮ ਜਿੱਥੇ ਲੱਗੀ ਉਹਨੇ ਦੁਫਾੜ ਕਰ ਦੇਣਾ, ਟੋਟੇ ਟੋਟੇ ਕਰ ਦੇਣਾ। ਤੋ ਇਸ ਪ੍ਰਕਾਰ ਭਾਈ ਤਾਰੂ ਕਹਿੰਦਾ ਵੀ ਤੁਸੀਂ ਅੱਗਾਂ ਲਾਈ ਚੱਲੋ, ਅਸੀਂ ਬਜਾਈ ਚੱਲਾਂਗੇ, ਅਸੀਂ ਗੁਰੂ ਦੇ ਸਿੱਖ ਹਾਂ। ਇਸ ਤਰ੍ਹਾਂ ਗੁਰਮੁਖੋਂ ਜਿਹੜੀ ਇਹ ਪਰੰਪਰਾ ਨਾ, ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਮੇਂ ਤੋਂ ਆਰੰਭ ਹੋ ਗਈ। ਸਮੇਂ ਦੇ ਨਾਲ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਜਦੋਂ ਸ਼ਹੀਦੀ ਦਿੱਤੀ ਤਾਂ ਮੈਨੂੰ 3-4 ਸਾਲ ਹੋ ਗਏ, ਕਿਸੇ ਗੁਰਮੁਖ ਨੇ ਕੈਨੇਡਾ ਤੋਂ ਫੋਨ ਕੀਤਾ, ਗ੍ਰੰਥ ਸਿੰਘ ਨੇ, ਸ਼ਾਮ ਦਾ ਟਾਈਮ ਸੀ, ਕਹਿੰਦਾ ਗਿਆਨੀ ਜੀ ਮੈਂ ਗ੍ਰੰਥੀ ਸਿੰਘ ਬੋਲਦਾ ਅਤੇ ਮੇਰੇ ਕੋਲ ਕੁਝ ਪ੍ਰੇਮੀ ਆਏ ਨੇ ਹੋਰ ਮਤ ਦੇ, ਅਤੇ ਉਹਨਾਂ ਨੇ ਮੇਰੇ ਧਿਆਨ 'ਚ ਇੱਕ ਸਵਾਲ ਕੀਤਾ ਵੀ ਤੁਸੀਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਕਹਿੰਦੇ ਹੋ। ਮੈਂ ਕਿਹਾ ਵੀ ਗੁਰਮੁਖ ਉਹਨਾਂ ਨੂੰ ਕੀ ਤਰ੍ਹਾਂ ਉਹ ਵੀ ਕਹੀ ਜਾਣ। ਉਹ ਵੀਰ ਕਹਿਣ ਲੱਗਾ ਵੀ ਗਿਆਨੀ ਜੀ ਕਾਰਨ ਉਹ ਇਹ ਕਹਿੰਦੇ ਨੇ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਹੋਰ ਵੀ ਮਹਾਂਪੁਰਸ਼ ਸ਼ਹੀਦ ਹੋਏ ਹਨ। ਨਾਲ ਉਹ ਦਲੀਲ ਦਿੰਦੇ ਨੇ ਵੀ ਜਿਵੇਂ ਹਸਨ ਹੁਸੈਨ ਜਦੋਂ ਕਰਬਲਾ ਦਾ ਜੰਗ ਹੋਇਆ ਨਾ, ਉਦੋਂ ਉਹਨਾਂ ਦੇ 70-72 ਹੋਰ ਵੀ ਸ਼ਹੀਦ ਹੋਏ ਹਸਨ ਹੁਸੈਨ ਦੇ, ਮੁਹੰਮਦ ਸਾਹਿਬ ਦੇ ਦੋਹਤਿਆਂ ਨਾਲ। ਸ਼ਮਸ ਤਬਰੇਜ਼ ਜੀ ਸ਼ਹੀਦ ਹੋਏ ਨੇ, ਮਨਸੂਰ ਜੀ ਸ਼ਹੀਦ ਹੋਏ ਹਨ, ਹੋਰ ਵੀ ਜਿਵੇਂ ਈਸਾ ਜੀ ਸ਼ਹੀਦ ਹੋਏ ਨੇ। ਇਤਿਹਾਸਕ ਮਸਲਾ ਇਸ ਗੱਲ ਦਾ ਵੀ ਤੁਸੀਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਕਹਿੰਦੇ।
ਮੈਂ ਉਸ ਵੀਰ ਨੂੰ ਬੇਨਤੀ ਕੀਤੀ ਵੀ ਗੁਰਮੁਖਾ ਇਹਨਾਂ ਭਰਾਵਾਂ ਨੂੰ ਇਹ ਬੇਨਤੀ ਕਰ, ਹੁਣ ਜਿਹੜੀ ਸ਼ਹਾਦ ਦਿੱਤੀ ਸ਼ਹੀਦ ਹੈ ਹੀ ਸਤਿਕਾਰਯੋਗ, ਪਰ ਇਹ ਗੁਰੂ ਅਰਜਨ ਦੇ ਮਹਾਰਾਜ ਨੇ ਜਿਨ੍ਹਾਂ ਨੇ ਤੱਤੀ ਤਵੀ ਤੇ ਬੈਠ ਕੇ ਵੀ ਆਖਿਆ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ, ਮੰਨਣਾ ਤਾਂ ਗੁਰਮੁਖ ਪੈਂਦਾ ਹੀ ਹੈ ਨਾ, ਪਰ ਮਿੱਠਾ ਕਰਕੇ ਮੰਨਣਾ ਇਹ ਬਹੁਤ ਔਖਾ ਹੈ। ਮੰਨਦੇ ਜਦੋਂ ਸਾਡੇ ਸਿਰ ਤੇ ਪੈ ਜਾਏ ਤੇ ਮੰਨਦੇ ਆ ਨਾ, ਲੇਕਿਨ ਮਿੱਠਾ ਕਰਕੇ ਮੰਨਣਾ ਇਹ ਪਰੰਪਰਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਹੀ ਦਿੱਤੀ, ਉਹਨਾਂ ਹੀ ਆਰੰਭ ਕੀਤੀ। ਉਸ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਦੇ ਬੇਟੇ ਗੁਰੂ ਅਰਜਨ ਸੱਚੇ ਪਾਤਸ਼ਾਹ ਹੋਏ, ਉਹਨਾਂ ਦੇ ਪੋਤਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਲਸਾਨੀ ਸ਼ਹੀਦੀ ਦਿੱਤੀ ਜਿਹਦੀ ਦੁਨੀਆਂ 'ਚ ਮਿਸਾਲ ਨਹੀਂ ਮਿਲਦੀ। ਕਾਰਨ ਕੀ ਹੈ? ਵਿਦਵਾਨ ਵੀਰ ਕਹਿੰਦੇ ਨੇ ਵੀ ਇਹ ਲਸਾਨੀ ਇਸ ਕਰਕੇ ਹੈ ਕਿ ਅੱਜ ਤੱਕ ਕਾਤਲ ਮਕਤੂਲ ਕੋਲ ਗਿਆ, ਕਾਤਲ ਮਕਤੂਲ ਕੋਲ, ਲੇਕਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਆਪ ਚੱਲ ਕੇ ਉਹਦੇ ਕੋਲ ਗਏ ਨੇ, ਆਪ ਚੱਲ ਕੇ। ਹੈਰਾਨੀ ਦੀ ਗੱਲ, ਜਲਾਦ ਨੂੰ ਇਹ ਕਹਿਣਾ ਵੀ ਗੁਰਮੁਖਾ ਮੈਂ ਜਪਜੀ ਸਾਹਿਬ ਦਾ ਪਾਠ ਕਰਕੇ ਉਹ ਸਿਰ ਨਵਾਵਾਂਗਾ, ਉਦੋਂ ਤੂੰ ਤਲਵਾਰ ਚਲਾ ਲਈ। ਉਹ ਕਹਿੰਦਾ ਜੀ ਮੈਂ ਬੜਾ ਹੈਰਾਨ ਹਾਂ ਵੀ ਤੁਸੀਂ ਮੈਨੂੰ ਕਹਿੰਦੇ ਤਲਵਾਰ ਚਲਾ ਲਈ, ਮੈਂ ਸਿਰ ਨਵਾਵਾਂਗਾ। ਕਹਿਣ ਲੱਗੇ ਗੁਰਮੁਖਾ ਜਦੋਂ ਮੈਂ ਸਿਰ ਨਵਾ ਕੇ ਮੱਥਾ ਟੇਕਾਂਗਾ ਉਸ ਅਕਾਲ ਪੁਰਖ ਨੂੰ, ਸਿਰ ਨਵਾਇਆ ਹੋਵੇਗਾ ਤੈਨੂੰ ਤਲਵਾਰ ਚਲਾਉਣੀ ਸੌਖੀ ਹੋਵੇਗੀ, ਤੈਨੂੰ ਬਹੁਤੀ ਖੇਚਲ ਨਹੀਂ ਕਰਨੀ ਪੈ। ਇਹ ਬੜੀ ਉਹਨੂੰ ਇਹ ਨਹੀਂ ਆਖਣਾ ਵੀ ਤੂੰ ਗੁਰਮੁਖਾ ਜਾਣ ਦੇ ਤੂੰ ਕਾਹਲਾ ਨਾ ਪਾਉ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਜਦੋਂ ਮੈਂ ਉਸ ਅਕਾਲ ਪੁਰਖ ਨੂੰ ਮੱਥਾ ਟੇਕਾਂਗਾ, ਥੱਲੇ ਸਤਾਉਣ ਨਵਾਵਾਂਗਾ, ਉਦੋਂ ਮੱਥਾ ਟੇਕੀ, ਮਾਫ਼ ਕਰਨਾ, ਉਦੋਂ ਵਾਰ ਕਰੀ, ਤੈਨੂੰ ਵੀ ਸੌਖਾ ਹੋ ਜਾਏਗਾ, ਅਤੇ ਜਿਹੜਾ ਉਹ ਅਕਾਲ ਪੁਰਖ ਹੈ ਨਾ ਉਹਦਾ ਸ਼ੁਕਰਾਨਾ ਵੀ ਕਰਾਂਗੇ ਵੀ ਮਹਾਰਾਜ ਮੇਰੀ ਇਹ ਭੇਟਾ ਪ੍ਰਵਾਨ ਕਰ। ਇੱਕ ਵੇਰਾ ਮੈਨੂੰ ਮਸਕੀਨ ਸਾਹਿਬ ਦੀ ਗੱਲ ਚੇਤੇ, ਮੰਜੀ ਸਾਹਿਬ ਉਹ ਹਰ ਸਾਲ ਆਉਂਦੇ ਹੁੰਦੇ ਸਨ, ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰਪੁਰਬ 'ਤੇ ਆਉਣਾ ਅਤੇ ਦਿਵਾਲੀ ਤੋਂ ਇੱਕ ਦਿਨ ਉਹ ਮੁੜਦੇ। ਉਹਨਾਂ ਨੇ ਬੜਾ ਸੁੰਦਰ ਇੱਕ ਦਲੀਲ ਦਿੱਤੀ ਹੈ, ਬੜੀ ਮਨ ਨੂੰ ਘੁੰਮਣ ਵਾਲੀ। ਉਹ ਕਹਿੰਦੇ ਵੀ ਜਿਹੜਾ ਗੁਰੂ ਘਰ ਹੈ ਇਹਦੇ ਵਾਰ ਵਾਰ ਹਮਲੇ ਕਿਉਂ ਹੁੰਦੇ ਹਨ, ਕੀ ਕਾਰਨ? ਮਾੜੀ ਜਗ੍ਹਾ ਤੈਨੂੰ ਮੰਨਿਆ ਵੀ ਉੱਥੇ ਗਲਤ ਕੰਮ ਹੁੰਦਾ ਦੇ ਤਾਂ ਉੱਥੇ ਜਾ ਕੇ ਅਟੈਕ ਕੀਤਾ ਹੈ, ਲੇਕਿਨ ਗੁਰੂ ਘਰ ਦੇ ਭਾਵੇਂ ਉਹ ਅਨੰਦਪੁਰ ਸਾਹਿਬ ਹੋਵੇ ਭਾਵੇਂ ਉਹ ਅਕਾਲ ਤਖ਼ਤ ਹੋਵੇ, ਉੱਥੇ ਵਾਰ ਵਾਰ ਹਮਲਿਆਂ ਦਾ ਕੀ ਕਾਰਨ ਹੈ? ਇਹ ਮੈਂ ਆਧਾਰੀ ਗੱਲ ਲਈ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਮੈਂ ਉਹਨਾਂ ਤੋਂ ਸੁਣਿਆ ਅਤੇ ਮੈਂ ਪ੍ਰਭਾਵਿਤ ਹੋਇਆ। ਮਸਕੀਨ ਸਾਹਿਬ ਕਹਿਣ ਲੱਗੇ ਵੀ ਇਹਦਾ ਕਾਰਨ ਇਹ ਹੈ, ਜਿੱਥੇ ਦੀਵਾ ਜਗਦਾ ਨਾ ਉਹ ਚੋਰਾਂ ਨੂੰ ਫਿੱਟ ਲਈ, ਚੋਰ ਹਮੇਸ਼ਾ ਹਨੇਰਾ ਪਾਰਦਾ, ਅਤੇ ਜਿਹੜੇ ਇਹ ਗੁਰੂ ਦਾ ਘਰ ਹੈ ਇੱਥੇ ਚੰਨ ਹੈ, ਚੰਨ ਹੈ ਤਾਂ ਚੰਗਾ ਲੇਕਿਨ ਗੁਰਮੁਖ ਉੱਲੂ ਵਾਸਤੇ ਸੂਰਜ ਬਹੁਤ ਮਾੜਾ ਹੈ। ਜਿਹੜਾ ਉੱਲੂ ਹੈ ਨਾ ਉਹਦੀ ਅੱਖ ਹਨੇਰੇ 'ਚ ਖੁੱਲਦੀ ਹੈ, ਸੂਰਜ ਦੇ ਚਾਨਣੇ ਦੀ। ਜਿਹੜਾ ਚੋਰ ਹੈ ਉਹ ਵੀ ਹਨੇਰਾ ਪਾਲਦਾ,
ਅਤੇ ਗੁਰੂ ਨਾਨਕ ਦੇਵ ਘਰ ਵਿੱਚ ਸੱਚ ਦਾ ਦੀਵਾ ਜਗਣ ਕਰਕੇ ਵਾਰ ਵਾਰ ਦੀਵੇ ਨੂੰ ਬੁਝਾਉਣ ਦਾ ਯਤਨ ਕੀਤਾ, ਦੀਵਾ ਬਲਦਾ ਰਿਹਾ, ਦੀਵੇ ਨੂੰ ਬੁਝਾਉਣ ਵਾਲੇ ਬੁਝ ਗਏ। ਇਹ ਸੱਚ ਦਾ ਦੀਵਾ ਨਾ, ਇਹ ਦੀਵਾ ਜਗਦਾ ਰਿਹਾ, ਜਗਦਾ ਰਹੇਗਾ। ਇਹਦਾ ਕਾਰਨ ਮੇਰੇ ਕੋਲੋਂ ਤਾਂ ਨਹੀਂ, ਪਰ ਮੈਂ ਇੱਕ ਈਸਾਈ ਵਿਦਵਾਨ ਕੋਲੋਂ ਅਧਾਰਾ ਲਿਆ, ਉਹਦੇ ਕੋਲ ਪੜ੍ਹਿਆ। ਉਹਦਾ ਨਾਮ ਹੈ ਲਾਰਡ ਆਲਡਰਟਾਈਨ, ਵੀ ਉਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ। ਉਹ ਕਹਿੰਦਾ ਦੁਨੀਆਂ ਦੇ ਲੋਕੋ, ਜਦੋਂ ਦੁਨੀਆਂ ਵਿੱਚ ਕੁਝ ਨਾ ਨਾ ਰਿਹਾ, ਉਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰਹਿਣਗੇ। ਬੜੀ ਅਜੀਬੋ ਗਰੀਬ ਗੱਲ ਹੈ। ਇੱਕ ਪਾਸੇ ਕਹਿੰਦਾ ਜਦੋਂ ਦੁਨੀਆਂ ਵਿੱਚ ਕੁਝ ਨਾ ਰਿਹਾ, ਉਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰਹਿਣਗੇ। ਉਸ ਵੀਰ ਨੂੰ ਪੁੱਛਿਆ ਗਿਆ, ਭਲਿਆ ਪੁਰਸ਼ਾ, ਤੂੰ ਆਪਣੀ ਗੱਲ ਨੂੰ ਆਪ ਹੀ ਕੱਟੀ ਜਾਂਦਾ, ਨਾਲੇ ਕਹਿੰਦਾ ਰਿਹਾ ਕੋਈ ਨਾ, ਨਾਲੇ ਕਹਿੰਦਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰਹਿਣਗੇ, ਕਿਵੇਂ ਰਹਿਣਗੇ? ਉਹ ਕਹਿੰਦਾ ਗੁਰਮੁਖੋ, ਇੱਥੇ ਹਿੰਦੂ ਸਿੱਖ ਈਸਾਈ ਯਹੂਦੀ ਕਿਸੇ ਕੌਮ ਦੀ ਗੱਲ ਨਹੀਂ। ਕਿਸੇ ਵੀ ਕੌਮ ਦਾ ਕੋਈ ਮਹਾਂਪੁਰਸ਼ ਹੋਵੇ, ਕਈ ਵਾਰ ਆਪਣੀ ਰਾਏ ਨਹੀਂ ਮਿਲਦੀ। ਉਹ ਕਹਿੰਦਾ ਵੀ ਮੈਂ ਹੈਰਾਨ ਹਾਂ, ਇੱਕ ਰਾਏ ਇਹੋ ਜਿਹੀ ਵੀ ਉਹਨੂੰ ਉਹਦਾ ਕੋਈ ਖੰਡਨ ਹੀ ਨਹੀਂ ਕਰਦਾ। ਉਹ ਡਿਊਰਾਂਟ ਕਹਿੰਦਾ ਹੈ, ਇੱਕ ਮੈਂ ਵਿਚਾਰ ਪੜ੍ਹਿਆ ਵੀ ਕਈ ਥਾਵਾਂ 'ਤੇ ਆੜਾ ਇੱਕ ਓਂਕਾਰ ਸ਼ਬਦ ਪੜ੍ਹਦੇ ਨੇ, ਗਿਆਨੀ ਜੀ ਬੈਠੇ ਨੇ ਮੇਰੇ ਨਾਲ ਵੱਧ ਜਾਣਦੇ ਨੇ। ਅੱਜ ਤੱਕ ਗੁਰਮੁਖੋ ਇੱਕ ਓਂਕਾਰ ਦੀ ਵਿਆਖਿਆ ਦੇ ਸੰਬੰਧ ਵਿੱਚ 63 ਪਾਰਟੀਆਂ ਬਣ ਗਈਆਂ ਨੇ, 63। ਇਹ ਮਹਾਂਪੁਰਸ਼ਾਂ ਨੇ ਜ਼ਿਕਰ ਕੀਤਾ ਟੀਕੇ 'ਚ, 7 ਟੀਮਾਂ ਨੇ ਅਤੇ 7 ਟੀਮਾਂ ਦੇ ਵਿੱਚ 9-9 ਉਹਨਾਂ ਦੇ ਅੱਗੇ ਵੱਖ ਪੱਖ ਨੇ। ਕੋਈ ਕਹਿੰਦਾ ਵੀ ਉਹ ਓਂਕਾਰ ਦੇ ਅਰਥ ਆ ਨੇ, ਤੇਰੇ ਗਲਤ ਨੇ ਮੇਰੇ ਠੀਕ ਨੇ। ਭਾਵੇਂ 63 ਹੋ ਗਈਆਂ ਪਰ ਉਹ ਓਂਕਾਰ ਦੇ ਅਰਥ ਮੁੱਕਣੇ ਨਹੀਂ, ਇਹ ਅੱਡ ਵਿਸ਼ਾ। ਉਹ ਵਿਦਵਾਨ ਕਹਿੰਦਾ ਕਿ ਮੈਂ ਹੈਰਾਨ ਹਾਂ ਵੀ ਕੋਈ ਕਿਸੇ ਮਤ ਨਾਲ ਸੰਬੰਧਿਤ ਹੈ, ਕੋਈ ਕਿਸੇ ਨਾਲ ਸੰਬੰਧਿਤ ਹੈ, ਲੇਕਿਨ ਇੱਕ ਗੱਲ 'ਤੇ ਸਾਰੇ ਇੱਕ ਰਹਿ ਹਨ। ਪੁੱਛਿਆ ਵੀ ਗੁਰਮੁਖਾ ਉਹ ਗੱਲ ਕਿਹੜੀ ਹੈ? ਉਹ ਵੀਰ ਕਹਿੰਦਾ ਉਹ ਗੱਲ ਇਹ ਹੈ, ਟਰੁੱਥ ਇਜ਼ ਯੂਨੀਵਰਸਲ, ਟਰੁੱਥ ਇਜ਼ ਯੂਨੀਵਰਸਲ, ਸੱਚਾਈ ਸਦੀਵੀ ਹੈ। ਤੇ ਸਵਾਲ ਕਰਨ ਵਾਲੇ ਨੇ ਆਖਿਆ, ਭਰਿਆ ਬਜ਼ਾਰ ਤਾਂ ਫੇਰ ਪਾ ਦਿੱਤੀ, ਅਸੀਂ ਤੇਰੀ ਗੱਲ ਨਹੀਂ ਸਮਝੇ। ਉਹ ਕਹਿੰਦਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜਿਹੜਾ ਹੈ ਨਾ, ਇਹ ਹੈ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਸੀ ਵੀ ਸੱਚ। ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ। ਤੇ ਕੋਈ ਬੰਦੇ ਨੇ ਤਰਕ ਕੀਤੀ ਵੀ ਗਿਆਨੀ ਤੁਸੀਂ ਗੱਲਾਂ ਕਰਦਿਆਂ ਕਰਦਿਆਂ ਇਸ ਪਾਸੇ ਆ ਕੇ ਗੱਲ ਤੁਸੀਂ ਚਲਾਈ ਚਾਨਣ ਦੀ, ਜਿਹੜਾ ਦੀਵਾ ਹੈ ਉਹਨੂੰ ਬੁਝਾਉਣ ਵਾਸਤੇ ਲੋਕ ਆਉਂਦੇ ਨੇ, ਉਹ ਚੰਨ ਦੀ ਗੱਲ ਵਿੱਚੇ ਰਹਿ ਗਈ। ਇਹਦਾ ਜਵਾਬ ਗੁਰਮੁਖ ਹੋਇਆ, ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਨਾ, ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲ੍ਹੀ ਅਨੂਪਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਗੁਰੂ ਅੰਗਦ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਸਵਾਏ ਮਾਨ ਕਰ ਦਿੱਤਾ, ਤੇ ਜਿਹੜਾ ਕੱਟ ਕਰਤਾਰਪੁਰ ਸਾਹਿਬ ਹੁੰਦਾ ਸੀ ਨਾ, ਉਹ ਖਡੂਰ ਸਾਹਿਬ ਹੋਣਾ ਸ਼ੁਰੂ ਹੋ ਗਿਆ। ਭਾਈ ਜੀ ਲਿਖਦੇ ਨੇ, ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ,
ਜਿਹੜੇ ਸਿੱਖ ਨੇ ਉਹ ਜਗ੍ਹਾ ਨਹੀਂ ਵੇਖਦੇ, ਉਹ ਵੇਖਦੇ ਨੇ ਕਿ ਉਹ ਨਾਮ ਦੀ ਜਿਹੜੀ ਜੋਤ ਕਿੱਥੇ ਜਗਦੀ ਹੈ। ਜਦੋਂ ਕਰਤਾਰਪੁਰ ਜਗਦੀ ਸੀ ਉਦੋਂ ਕਰਤਾਰਪੁਰ ਸਾਹਿਬ ਚਲੇ ਗਏ, ਹੁਣ ਉਹ ਖਡੂਰ ਸਾਹਿਬ ਆ ਗਈ ਅਤੇ ਖਡੂਰ ਸਾਹਿਬ ਚਲੇ ਗਏ। ਉਹ ਤਾਂ ਜੋਤ ਦੇ ਪੁਜਾਰੀ ਨੇ, ਨਾਮ ਦੀ ਜੋਤ ਦੇ। ਅੱਜ ਜਿਹੜੀ ਉਹ ਜੋਤ ਸੀ ਨਾ, ਉਹ ਗੁਰਮੁਖੋ ਅਨੰਦਪੁਰ ਸਾਹਿਬ ਜਗਣ ਲੱਗ ਪਈ, ਅਨੰਦਪੁਰ ਸਾਹਿਬ, ਅਤੇ ਉਹ ਲੋਕਾਂ ਨੂੰ ਫਿੱਟ ਰਹੀ। ਉਹ ਸਾਰੇ ਜੇ ਇਕੱਠੇ ਹੋ ਕੇ ਧਰਮ ਦੀ ਆੜ ਥੱਲੇ ਅਧਰਮੀ ਹੋ ਕਰਕੇ ਉਹਨਾਂ ਨੇ ਸੁਨੇਹਾ ਭੇਜਿਆ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡੀ ਬੇਨਤੀ ਕਿ ਤੁਹਾਨੂੰ ਅਸੀਂ ਗਊ ਦੀ ਕਸਮ ਖਾਂਦੇ ਹਾਂ, ਕੁਰਾਨ ਦੀ ਕਸਮ ਖਾਂਦੇ, ਜੇ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ ਤਾਂ ਅਸੀਂ ਤੁਹਾਡੇ 'ਤੇ ਹਮਲਾ ਨਹੀਂ ਕਰਦੇ। ਇੱਥੇ ਕਸਮ ਤੋਂ ਸਾਨੂੰ ਵਿਚਾਰ ਕਰਨੀ ਚਾਹੀਦੀ, ਸਾਡੇ 'ਚ ਬੜੀ ਢਲਿਆਈ ਹੈ ਵੀ ਆਪਾਂ ਨਿੱਕੀ ਜਿਹੀ ਗੱਲ 'ਤੇ ਗੁਰਮੁਖੋ ਸਹੁ ਖਾ ਜਾਣ, ਨਿੱਕੀ ਜਿਹੀ ਗੱਲ 'ਤੇ ਕਿਤੇ 150 ਦਾ ਝਗੜਾ ਹੋਵੇ ਨਾ ਲੈਣ ਦੇਣ ਦਾ, ਅਤੇ ਆਪਾਂ ਸਹੁ ਖਾ ਕੇ ਕਹਿੰਦੇ ਵੀ ਮੈਂ ਲੈ ਨਹੀਂ, ਮੁੱਕਰ ਜਾਂਦੇ। ਸਹੁ ਖਾਣੀ ਏਡਾ ਵੱਡਾ ਗੁਨਾਹ ਹੈ। ਰਹਿਤ ਨਾਮੇ 'ਚ ਲਿਖਿਆ, ਸਭ ਤਨਾ ਕਰ ਗੁਰ ਸਾਚ ਕੀ, ਝੂਠਾ ਟਿਕੇ ਨਾ ਪਾਏ, ਸਾਚੋ ਜੂਨੀ ਪਰ ਭੁਗੇ, ਗੁਰੂ ਕੈਸੇ ਖਾਏ। ਗੁਰੂ ਕੇ ਸਿੱਖਾ ਸੱਚੀ ਖਾਉ, ਸਹੁੰ ਵੀ ਨਾ ਖਾ। ਜੇ ਕੋਈ ਸੱਚੀ ਸਹੁੰ ਕਹਿੰਦਾ ਸਬਤ ਨਾ ਕਰ ਗੁਰ ਸਾਚ ਕੀ, ਸੱਚੇ ਗੁਰੂ ਦੀ ਸੱਚੀ ਸਹੁੰ ਵੀ ਨਾ ਕਰ, ਸਬਤ ਨਾ ਕਰ ਗੁਰ ਸਾਚ ਕੀ, ਝੂਠੋ ਟਿਕੇ ਨਾ ਪਾਏ। ਝੂਠੇ ਦੇ ਪੈਰ ਨਹੀਂ ਹੁੰਦੇ, ਪਰ ਯਾਦ ਰੱਖੀ ਸੱਚੀ ਹੁੰਦੀਆਂ ਵੀ ਸਹੁੰ ਖਾਧੀ ਤੈਨੂੰ ਜੂਨਾ ਭੋਗੀਆਂ ਪੈਣਗੀਆਂ। ਸਾਚੋ ਜੋਨੀ ਪਰ ਭੁਗੇ, ਗੁਰੂ ਕੈਸੇ ਥਾਏ। ਸੱਚੀ ਸਹੁੰ ਵੀ ਖਾਧੀ ਤੇ ਜੂਨਾ ਭੋਗਣੀਆਂ ਪੈਣਗੀਆਂ, ਝੂਠੇ ਨੂੰ ਥਾਂ ਹੀ ਕੋਈ ਨਹੀਂ। ਸਹੁੰ ਗੁਰਮੁਖੋ ਕਦੇ ਭੁੱਲ ਕੇ ਵੀ ਨਹੀਂ ਖਾਣੀ, ਭੁੱਲ ਕੇ ਵੀ ਜਿਹੜਾ ਝੂਠਾ ਉਹਦੇ ਵਾਸਤੇ ਗੱਲ ਹੀ ਕੋਈ ਨਹੀਂ। ਉਹਨਾਂ ਨੇ ਸਹੁੰ ਖਾਧੀ ਵੀ ਮਹਾਰਾਜ ਇਹ ਅਨੰਦਪੁਰ ਸਾਹਿਬ ਛੱਡ ਦਿਓ। ਉਹਦੇ ਤੋਂ ਪਹਿਲਾਂ ਗੁਰਮੁਖੋ ਜਦੋਂ ਉਹਨਾਂ ਘੇਰਾ ਪਾਇਆ ਨਾ, ਤੇ ਘੇਰਾ ਟੁੱਟਦਾ ਨਹੀਂ, ਸਕੀਮ ਕੀਤੀ ਵੀ ਆਪਾਂ ਹਾਥੀ ਨੂੰ ਸ਼ਰਾਬ ਪਿਆ ਕੇ ਮੱਥੇ 'ਤੇ ਤਵੀਆਂ ਬੰਨ ਕੇ ਇਹਨੂੰ ਹਮਲਾ ਕਰਾਂਗੇ ਨਾ, ਉਦੋਂ ਦਰਵਾਜ਼ਾ ਟੁੱਟ ਜਾਏਗਾ ਅਤੇ ਆਪਾਂ ਗੁਰਦੇਵ ਨੂੰ ਕਾਬੂ ਕਰ ਲਾਂਗੇ, ਆਪਾਂ ਅਨੰਦਪੁਰ ਸਾਹਿਬ 'ਤੇ ਆ ਕਬਜ਼ਾ ਕਰ ਲਾਂਗੇ। ਜਦੋਂ ਉਹਨਾਂ ਸਕੀਮ ਕੀਤੀ ਤਾਂ ਕੀ ਹੋਇਆ, ਗੁਰਦੇਵ ਕਹਿੰਦੇ ਗੁਰਮੁਖੋ ਘਬਰਾਓ ਨਾ, ਆਪਣੇ ਕੋਲ ਹਾਥੀ ਹੈਗਾ। ਹਾਥੀ ਕਿਹੜਾ? ਮਜੀਠੇ ਦਾ ਰਹਿਣ ਵਾਲਾ ਬਾਬੇ ਸਾਲੋ ਦਾ ਪੋਤਰਾ ਦੁਨੀ ਚੰਦ ਉਹਦਾ ਨਾਂ ਹੈ। ਰਾਸ਼ਨ ਪਾਣੀ ਬੜਾ ਖਾਂਦਾ ਸੀ, ਜਦੋਂ ਲਿਸਟ ਪੜ੍ਹੀ ਦੀ ਨਾ ਤੇ ਯਕੀਨ ਹੀ ਨਹੀਂ ਆਉਂਦਾ। ਸਾਡੇ ਇਲਾਕੇ ਦੇ ਇੱਕ ਘਰਿਆੜੇ ਪਿੰਡ ਦੇ ਕੁਹੀਰ ਸਿੰਘ ਬੜੇ ਮਸ਼ਹੂਰ ਹੋਏ ਨੇ, ਬਾਬਾ ਪੰਡਿਤ ਮੋਹਨ ਸਿੰਘ ਜੀ ਘਰਿਆੜਾ। ਉਹਨਾਂ ਲਿਖਿਆ ਕਿ ਪੰਜ ਸੇਰ ਜੋਤਾਂ ਦਾ ਪੰਜ ਸਿਰ ਦਾਲ ਖਾ ਜਾਂਦਾ ਸੀ, ਲੂਣ ਚੱਬ ਜਾਂਦਾ ਸੀ। ਸਤਿਗੁਰੂ ਪਾਤਸ਼ਾਹ ਨੇ ਆਖਿਆ ਕਿ ਆਪਣਾ ਹਾਥੀ ਮੁਕਾਬਲਾ ਕਰੇਗਾ, ਜਿਹੜਾ ਅੰਮ੍ਰਿਤ ਹੈ ਨਾ ਇਹ ਵਿਲ ਪਾਵਰ ਮਜ਼ਬੂਤ ਕਰਦਾ ਜੀ, ਵਿਲ ਪਾਵਰ ਜਿੱਥੇ ਜੰਮਣ ਅਤੇ ਮਰਨ ਕੱਢਦਾ ਨਾ, ਅੰਮ੍ਰਿਤ ਨਾਲ ਬੰਦੇ ਦੇ ਅੰਦਰ ਵਿਲ ਪਾਵਰ ਹੁੰਦੀ ਹੈ, ਉਹਨੂੰ ਸਵੈ ਬਾਹਰੋਂ ਦੇ ਅੰਦਰ ਆ ਜਾਂਦਾ, ਸੈਲਫ ਕੌਨਫੀਡੈਂਸ ਆ ਜਾਂਦਾ। ਪਰ ਉਹ ਨਗੋਰਾ ਸੀ, ਬਾਣੀ ਤਾਂ ਇੱਥੋਂ ਤੱਕ ਕਹਿੰਦੀ ਹੈ ਨਗੋਰੇ ਕਾ ਹੈ ਨਾਂ ਬੁਰਾ, ਨਗੋਰੇ ਦਾ ਨਾਂ ਵੀ ਨਾ ਲਵੀ। ਆਪਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਕਥਾ ਪੜ੍ਹਦੇ ਹਾਂ, ਇਹ ਆਪਾਂ ਪੱਖਾਂ 'ਚ ਅੱਗੇ ਵਿਚਾਰਾਂਗੇ। ਇਹਨਾਂ ਨੇ
ਯਾਤਰਾ ਕਰਨ ਜਾਣਾ, ਤੀਰਥ ਯਾਤਰਾ ਕਰਨ ਤੇ ਉੱਥੇ ਇੱਕ ਰੱਬ ਦੇ ਪਿਆਰ ਨਾਲ ਪ੍ਰੇਮ ਪੈ ਗਿਆ, ਉਹਨੂੰ ਕਰ ਲਿਆਂਦਾ। ਅਜੇ ਬਾਬਾ ਅਮਰਦਾਸ ਸਾਹਿਬ, ਇਹ ਵਿਸ਼ਾਨੀ ਅੱਜ ਦਾ, ਗੁਰੂ ਅਮਰਦਾਸ ਇਕਨੋਮੀਕਲੀ ਬੜੇ ਅਮੀਰ ਹੋਏ ਨੇ, ਇਕਨੋਮੀਕਲੀ ਅਧਿਆਤਮਿਕ ਤੌਰ 'ਤੇ ਹੈ ਸਰ ਉਹ ਸਮਰੱਥ। ਆਪਾਂ ਕਹਿੰਦੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਇਹ ਬਾਣਾ ਵੀ ਪਿੱਤਰ ਨਾਲ ਕਿਤੇ ਤੁਲਨਾ ਹੋ ਹੀ ਨਹੀਂ ਸਕਦੀ। ਅਤੇ ਜਦੋਂ ਸੇਵਾ ਕੀਤੀ ਨਾ, ਅਤੇ ਉਹ ਮਹਾਤਮਾ ਕਹਿਣ ਲੱਗਾ ਤੁਸੀਂ ਬੜੇ ਮਹਾਂਪੁਰਸ਼ ਹੋ, ਬੜੀ ਸੇਵਾ ਕੀਤੀ, ਤੁਹਾਡਾ ਗੁਰੂ ਕੌਣ ਹੈ? ਅਤੇ ਬਾਬਾ ਅਮਰਦਾਸ ਕਹਿਣ ਲੱਗੇ ਜਿਵੇਂ ਗੁਰੂ ਧਾਰ ਨਹੀਂ ਕੀਤਾ। ਉਸ ਬੰਦੇ ਨੇ ਥਾਲੀ ਵਗਾ ਕੇ ਸੁਣ ਦਿੱਤੀ, ਕਹਿਣ ਲੱਗਾ ਹੈ ਨਗੋਰੇ ਦੇ ਘਰੋਂ ਪਾਣੀ। ਔਰ ਬਾਬੇ ਅਮਰਦਾਸ ਦੇ ਮਨ ਨੂੰ ਉਹ ਗੱਲ ਟੁੰਬ ਗਈ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ ਕੋਈ ਗੱਲ ਨਹੀਂ, ਆਪਣੇ ਕੋਲ ਵੀ ਉਹ ਦੁਨੀ ਚੰਦ ਹੈ, ਬੜਾ ਤਕੜਾ ਬੰਦਾ ਹੈ, ਹਾਥੀ ਵਰਗਾ ਹਾਥੀ ਨਾਲ ਕਿਹੜਾ ਘੱਟ ਮੁਕਾਬਲਾ ਕਰੇਗਾ। ਜਦੋਂ ਦੁਨੀ ਚੰਦ ਨੇ ਗੱਲ ਸੁਣੀ ਤੇ ਲੈਣੇ ਤੇ ਦੇਣੇ ਪੈ ਕੇ ਮਨ ਡੋਲ ਗਿਆ, ਕਹਿਣ ਲੱਗਾ ਹੁਣ ਮਰੇ। ਗੁਰਮੁਖ ਕੈਰਾਂ ਦੇ ਕੈਰ ਦੋਸਤ, ਇੱਥੇ ਅਸੀਂ ਆਮ ਕਰਕੇ ਸੁਣਦੇ ਹਾਂ ਲੋਕਾਂ ਕੋਲੋਂ ਵੀ ਅਸੀਂ ਬਦਾਵਾ ਦੇ ਕੇ ਸਿੱਖ ਭੱਜ ਗਏ। ਸਾਨੂੰ ਟਕਸਾਲ 'ਚ ਇਹ ਗੱਲ ਪੜ੍ਹਾਈ ਨਹੀਂ ਗਈ, ਜਿਹੜਾ ਚੋਰੀ ਨੱਸਦਾ ਉਹ ਲਿਖ ਕੇ ਨਹੀਂ ਦਿੰਦਾ, ਬਦਾਵੇ ਦੀ ਘਟਨਾ ਹੈ ਪਰ ਇੱਥੋਂ ਦੀ ਨਹੀਂ। ਇਹ ਅਸੀਂ ਮਹਾਂਪੁਰਸ਼ਾਂ ਕੋਲ, ਮੈਂ ਸੰਤ ਗਿਆਨੀ ਬਚਨ ਸਿੰਘ ਖਾਲਸਾ ਮਹਾਂਪੁਰਸ਼ਾਂ ਦੇ ਬਚਨ ਸੁਣੇ ਨੇ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ ਸਾਨੂੰ ਆਪ ਖੁਦ ਪੜ੍ਹਾਇਆ, ਇੱਕ ਵਾਰ ਇਹਨੇ ਸੈਂਕੜੇ ਵੇਰਾਂ ਪੜ੍ਹਾਇਆ ਇਸ ਪ੍ਰਸੰਗ, ਸੈਂਕੜੇ ਵੇਰਾਂ। ਇਹ ਦੁਨੀ ਚੰਦ ਚੋਰੀ ਭੱਜਿਆ ਚੋਰੀ, ਅਤੇ ਜਿਹੋ ਜਿਹਾ ਬੰਦਾ ਵੀ ਆਪ ਪੰਜਾਬੀ ਜੀ ਕਹਿੰਦੇ ਜਿਹੋ ਜਿਹਾ ਆਪ ਉਹ ਜੇ ਸਾਥ, ਇਹਦੇ ਨਾਲ ਜਿਹੜੇ ਇਹਦੇ ਵਰਗੇ ਸਨ ਉਹ ਵੀ ਤੁਰ ਪਏ। ਜਦੋਂ ਇਹ ਨੰਖ ਨੱਸਣ ਲੱਗੇ ਨੇ ਤੇ ਬੂਹੇ ਬੰਦ ਨੇ, ਕੰਨ ਥਾਣੀ ਪੱਗ ਦਾ ਲੱਕ ਨਾਲ ਬੰਨ ਕੇ ਜਦੋਂ ਥੱਲੇ ਲਮਕਣ ਲੱਗਾ ਤੇ ਭਾਰ ਜ਼ਿਆਦਾ ਸੀ, ਪੱਗ ਟੁੱਟ ਗਈ, ਥੱਲੇ ਡਿੱਗ ਪਿਆ, ਸੱਟ ਲੱਗੀ, ਮੋਟਾ ਪੱਟ ਟੁੱਟ ਗਿਆ। ਨਾਲ ਦੇ ਸਾਥੀ ਨੂੰ ਤੂੰ ਖਿੱਚ ਕੇ ਦੇ ਪਿੰਡ ਲੈ ਗਏ, ਤੇ ਪਿੰਡ ਜਾ ਕੇ ਨੰਬਰ ਬਣਾਵੇ। ਘਰਵਾਲੀ ਨੂੰ ਕਹਿਣ ਲੱਗਾ ਭਾਗਾਂ ਵਾਲੀਏ, ਹੈ ਤਾਂ ਸੀ ਉਮਰ ਵਡੇਰੀ, ਭਾਰਾ ਸਰੀਰ, ਪਰ ਆਪ ਹਾਥੀ ਰਾਹ ਪਾ ਦਿੱਤਾ ਜੀ ਹਾਥੀ। ਬੜੀ ਸੇਵਾ ਕੀਤੀ ਬੀਬੀ ਨੇ, ਝੂਠ ਦੇ ਪੈਰ ਨਹੀਂ ਹੁੰਦੇ। ਦੋ ਚੌਂ ਦਿਨਾਂ ਤੋਂ ਬਾਅਦ ਜਿਹੜੇ ਇਹਦੇ ਨਾਲ ਦੇ ਭਗੌੜੇ ਸਨ ਮਿਲਣ ਵਾਸਤੇ ਆਏ ਅਤੇ ਘਰੇ ਆਏ ਆਏ, ਉਹ ਕਹਿੰਦੇ ਸੀ ਦੁਨੀ ਚੰਦਾ ਮਰਨਾ ਤਾਂ ਉੱਥੇ ਵੀ ਸੀ, ਮਰਨਾ ਇੱਥੇ ਵੀ ਹੈ, ਅਤੇ ਜੀ ਕਿਤੇ ਟਿਕਾਣੇ ਮਰਦੇ ਤਾਂ ਗੱਲ ਚੰਗੀ ਸੀ। ਬੀਬੀ ਕਹਿਣ ਲੱਗੀ ਕੀ ਕਿਹਾ ਜੇ ਭਾਈਆ ਜੀ? ਉਹ ਵਿੱਚੋਂ ਕਿਸੇ ਨੇ ਗੱਲ ਕੀਤੀ, ਭੈਣ ਜੀ ਭੱਜ ਕੇ ਉਹ ਕਹਿਣ ਲੱਗੀ ਗੁਰੂ ਦਾ ਨਹੀਂ ਬਣਿਆ ਮੇਰਾ ਕੀ ਲੱਗਦਾ। ਰਾਤ ਨੂੰ ਪਿਸ਼ਾਬ ਕਰਨ ਉਤਰਿਆ, ਸੱਪ ਲੜਿਆ, ਨਾ ਲੋਕ ਰਿਹਾ ਨਾ ਪ੍ਰਲੋਕ ਲਿਆ। ਸਿੰਘਾਂ ਨੇ ਆਖਿਆ ਪਾਤਸ਼ਾਹ ਹਾਥੀ ਭਗੌੜਾ ਹੋ ਗਿਆ ਜੀ, ਭਗੌੜਾ। ਗੁਰਦੇਵ ਕਹਿੰਦੇ ਕੋਈ ਗੱਲ ਨਹੀਂ, ਆਪਣੇ ਕੋਲ ਸ਼ੇਰ ਹੈਗਾ, ਸ਼ੇਰ। ਉਹ ਸ਼ੇਰ ਕੌਣ ਸੀ? ਬਾਬੇ ਮਨੀ ਸਿੰਘ ਦਾ ਬੇਟਾ ਬਾਬਾ ਬਚਿੱਤਰ ਸਿੰਘ। ਨਮਸਕਾਰ ਗੁਰੂ ਨੂੰ, ਨਮਸਕਾਰ ਗੁਰੂ ਕੇ ਸਿੱਖਾਂ ਨੂੰ। ਅਸੀਂ ਪੜ੍ਹਦੇ ਹਾਂ ਵੀ ਕਲਗੀਧਰ ਪਾਤਸ਼ਾਹ ਮਹਾਰ ਨੇ ਚਾਰ ਸਾਹਿਬਜ਼ਾਦੇ ਬਾਰੇ, ਭੂਆ ਦੇ ਪੁੱਤਰ ਕੁਰਬਾਨ ਕੀਤੇ, ਮਾਮੇ ਦੇ ਪੁੱਤਰ ਕੁਰਬਾਨ ਕੀਤੇ, ਪਰ ਕਿਤੇ ਬਾਬੇ ਮਨੀ ਸਿੰਘ ਦਾ ਵੇਰਵਾ ਪੜ੍ਹੋ ਗੁਰਮੁਖੋ। ਬਾਬੇ ਮਨੀ ਸਿੰਘ ਦੇ ਪਰਿਵਾਰ ਦੇ 27 ਮੈਂਬਰ ਸ਼ਹੀਦ ਹੋਏ ਨੇ, 27। ਬਾਬਾ ਮਨੀ ਸਿੰਘ ਜੀ 12 ਭਰਾ ਸਨ, ਇੱਕ ਬਾਬੇ ਅਮੀ ਚੰਦ ਨੂੰ ਛੱਡ ਕੇ ਸਮੇਤ ਬਾਬੇ ਮਨੀ ਸਿੰਘ ਦੇ 11 ਭਰਾ ਸ਼ਹੀਦ ਹੋਏ ਅਤੇ ਕੁੱਲ ਗਿਣਤੀ ਉਹਨਾਂ ਦੀ 27 ਕਰਕੇ ਲਿਖੀ। ਇੱਥੇ ਇੱਕ ਹੋਰ ਗੱਲ
ਮੈਨੂੰ ਕਿਸੇ ਨੇ ਸਵਾਲ ਕੀਤਾ ਵੀ ਗਿਆਨੀ ਜੀ ਅਰਦਾਸ ਵਿੱਚ ਬਾਕੀ ਤਾਂ ਸਾਰਾ ਕੁਝ ਠੀਕ ਹੈ, ਮੈਂ ਹੈਰਾਨ ਹਾਂ ਵੀ ਭੁੰਡੀਆਂ ਬੜੀਆਂ ਫੜਦੇ ਲੋਕੀ। ਉਹ ਕਹਿੰਦੇ ਗਿਆਨੀ ਜੀ ਇੱਕ ਲਫ਼ਜ਼ ਗਲਤ ਲਿਖਿਆ ਅਰਦਾਸ। ਮੈਂ ਕਿਹਾ ਵੀ ਗੁਰਮੁਖਾ ਮੈਂ ਥੋੜ੍ਹਾ ਲਿਖਿਆ ਵੀ ਉਹ ਗੱਲ ਕਿਹੜੀ। ਕਹਿੰਦੇ ਜੀ ਗਿਆਨੀ ਜੀ ਅੱਗੇ ਲਿਖਿਆ ਪੁੱਠੀਆਂ ਖੱਲਾਂ ਲਵਾਈਆਂ, ਇਹ ਤਾਂ ਕਿਤੇ ਲੱਥੀ ਨਹੀਂ, ਇਹ ਤਾਂ ਸ਼ਮਸ਼ ਤਰਵੇਜ ਦੀ ਸੀ। ਮੈਂ ਉਸ ਗੁਰਮੁਖ ਨੂੰ ਬੇਨਤੀ ਕੀਤੀ ਭਰਾਵਾ ਇਤਿਹਾਸ ਵਿੱਚ ਲਿਖਿਆ ਹੈ ਕਿ ਬਾਬੇ ਮਣੀ ਸਿੰਘ ਦੇ ਸਕੇ ਭਤੀਜੇ ਭਾਈ ਗੁਲਜਾਰਾ ਸਿੰਘ ਦੀ ਪੁੱਠੀ ਖੱਲ ਲਈ ਗਈ। ਜਿਹੜੀ ਆ ਪੁੱਠੀ ਖੱਲ ਦੀ ਗੱਲ ਕਰਦੇ ਹਾਂ, ਲਿਖਿਆ ਬਕਾਇਦਾ ਇਤਿਹਾਸ ਵਿੱਚ ਬਾਬੇ ਮਣੀ ਸਿੰਘ ਦਾ ਸਗਾ ਭਤੀਜਾ ਸੀ, ਉਹਨਾਂ ਦਾ ਨਾਮ ਸੀ ਬਾਬਾ ਕਹਾਂਗੇ ਸਾਡਾ ਤਾਂ ਵਡੇਰੇ ਨੇ ਨਾ, ਬਾਬਾ ਗੁਲਜਾਰਾ ਸਿੰਘ ਦੀ ਪੁੱਠੀ ਖੱਲ ਲਈ ਗਈ। ਇਹ ਇਸੇ ਬਾਬੇ ਮਣੀ ਸਿੰਘ ਦਾ ਜਿਹਨਾਂ ਨੇ ਇਹ ਬਾਬਾ ਮਣੀ ਸਿੰਘ ਉਹਨੇ ਜਿਹੜੇ ਦਰਬਾਰ ਸਾਹਿਬ ਦੇ ਮੁਖੀ ਗ੍ਰੰਥੀ ਰਹੇ। ਬਾਬਾ ਮਣੀ ਸਿੰਘ ਉਹ ਮਹਾਨ ਸ਼ਖਸੀਅਤ ਹੈ ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਦੇ ਲਿਖਣ ਦਾ ਸੁਭਾਗ ਪ੍ਰਾਪਤ ਹੋਇਆ। ਸੁਭਾਗ ਧੰਨ ਗੁਰੂ ਕਲਗੀਧਰ ਪਾਤਸ਼ਾਹ ਤੋਂ ਵਰਸਾਏ ਸਨ। ਆਪਾਂ ਬਿਨਾਂ ਵਿਚਾਰਾਂ ਤੋਂ ਕਈ ਗੱਲਾਂ ਕਹੀ ਜਾਂਦੇ ਹਾਂ, ਕਈਆਂ ਕੋਲ ਸੁਣਿਆ ਕਿ ਗਿਆਨੀ ਜੀ ਅੱਗੇ ਬਾਬੇ ਮਣੀ ਸਿੰਘ ਨੇ ਗੁੜਕੇ ਬਣਾਏ ਅਤੇ ਤਾਂ ਬੰਦ ਬੰਦ ਕੱਟੇ ਗਏ, ਇਹ ਬੜਾ ਪ੍ਰਚਾਰ ਚੱਲਦਾ। ਅਤੇ ਜੇ ਗੁਰਮੁਖੋ ਬਾਬੇ ਮਣੀ ਸਿੰਘ ਨੇ ਬੰਦ ਬੰਦ ਕਟਾਏ ਅਤੇ ਉਹਨਾਂ ਦੇ ਬੰਦ ਉਹਨਾਂ ਗੁੜਕੇ ਬਣਾਏ ਅਤੇ ਬੰਦ ਬੰਦ ਕੱਟੇ ਗਏ ਅਤੇ ਆਪਾਂ ਗੁੜਕਿਆਂ ਤੋਂ ਪਾਣੀ ਪੜਦੇ, ਫਿਰ ਸਾਡੀ ਵੀ ਇਹੋ ਹਾਲਤ ਹੋਵੇਗੀ? ਕਿੱਡੀ ਢਿੱਲੀ ਗੱਲ ਹੈ, ਇਹ ਨਹੀਂ। ਮਹਾਂਪੁਰਸ਼ਾਂ ਨੇ ਸਾਨੂੰ ਟਕਸਾਲ 'ਚ ਪੜ੍ਹਾਇਆ ਵੀ ਜਦੋਂ ਮਹਾਰਾਜ ਨੇ 48 ਸਿੰਘਾਂ ਨੂੰ ਪੜ੍ਹਾਇਆ ਨਾ, ਅਤੇ ਬਾਬਾ ਮਣੀ ਸਿੰਘ ਅਤੇ ਬਾਬਾ ਦੀਪ ਸਿੰਘ ਬੜੇ ਆਪਸ ਮੇਂ ਜਿਹਨੂੰ ਕਹਿੰਦੇ ਨਾ ਬੌਜਮ ਫਰੈਂਡ, ਪੱਕੇ ਮਿੱਤਰ ਸਨ। ਬਾਬਾ ਮਣੀ ਸਿੰਘ ਵੱਡੇ ਸਨ ਜਰਾ, ਅਤੇ ਕਲਗੀਧਰ ਪਾਤਸ਼ਾਹ ਦਿਨ ਪਿਆਰ ਨਾਲ ਕਹਿਣ ਲੱਗੇ ਬੱਚੂ ਇਹ ਨਹੀਂ ਗੱਲ ਬਣਨੀ, ਜਿਹੜੀ ਬਾਣੀ ਦੇ ਅਰਥ ਪੜੇ ਨੇ ਗੇ ਪੜ੍ਹਾਉਣੇ ਪੈਣਗੇ ਪੜ੍ਹਾਉਣੇ। ਅਤੇ ਆਪਾਂ ਜਿਵੇਂ ਸੁਭਾਵ ਗੱਲ ਕਹਿ ਦਿੰਦੇ, ਬਾਬਾ ਮਣੀ ਸਿੰਘ ਅਤੇ ਬਾਬਾ ਦੀਪ ਸਿੰਘ ਕਹਿਣ ਲੱਗੇ ਜੀ ਬੜਾ ਔਖਾ ਕੰਮ ਹੈ, ਬੜਾ ਔਖਾ ਕੰਮ ਹੈ। ਅਤੇ ਮੇਰੇ ਪਾਤਸ਼ਾਹ ਨੇ ਸੁਭਾਵਕ ਵਚਨ ਕੀਤੇ, ਮਣੀ ਸਿੰਘ ਤੇਰੇ ਬੰਦ ਬੰਦ ਕੱਟੇ ਜਾਣ, ਤੇਰੇ ਨਾਲ 'ਚ ਫਰਕ ਨਹੀਂ ਪਏਗਾ। ਬਾਬਾ ਦੀਪ ਸਿੰਘ ਨੂੰ ਕਹਿਣ ਲੱਗੇ ਤੇਰਾ ਸਿਰ ਕੱਟਿਆ ਜਾਏ, ਤੇਰੇ ਅੰਨਾਂ ਵਿੱਚ ਫਰਕ ਨਹੀਂ ਪਏਗਾ। ਤੋ ਗੁਰਮੁਖੋ ਉਸ ਬਾਬੇ ਮਣੀ ਸਿੰਘ ਦਾ ਬੇਟਾ ਬਾਬਾ ਬਚਿੱਤਰ ਸਿੰਘ ਉਹਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਰਸ਼ੀ ਦਿੱਤੀ। ਇੱਥੇ ਕਈਆਂ ਨੇ ਹੁਣੇ ਵੀ ਪ੍ਰਚਾਰ ਕੀਤਾ ਵੀ ਉਹ ਕਹਿਣ ਲੱਗੇ ਅੱਖ 'ਚ ਬਰਸ਼ੀ ਮਾਰੀ ਵੀ ਤੁਸੀਂ ਕੋਲ ਸੀ। ਇਤਿਹਾਸਾਂ 'ਚ ਇਹ ਲਿਖਿਆ ਵੀ ਜਦੋਂ ਬਾਬੇ ਮਣੀ ਸਿੰਘ ਨੂੰ ਮਾਫ ਕਰਨਾ ਬਾਬੇ ਬਚਿੱਤਰ ਸਿੰਘ ਨੂੰ ਬਰਸ਼ੀ ਦਿੱਤੀ ਹੈ ਨਾ, ਅਤੇ ਬਾਬੇ ਬਚਿੱਤਰ ਸਿੰਘ ਨੇ ਆਖਿਆ ਪਾਤਸ਼ਾਹ ਮੇਰੀ ਤਾਂ ਤਾਕਤ ਨਹੀਂ, ਪਰ ਤੂੰ ਸਾਡਾ ਮਾਲਕ ਹੈ, ਅਸੀਂ ਪੜ੍ਹਿਆ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤਿਰਪਵਨ ਸੂਝਿਆ ਗੁਰਪੇਟ ਪਨੀਤਾ, ਤੇਰੀ ਰਹਿਮਤ ਚਾਹੀਦੀ ਹੈ ਜੇ ਤੂੰ ਕਿਰਪਾ ਕਰੇ ਤੇ ਇੰਦਰ ਦਾ ਐਰਾਪਾ ਧਾਤੀ ਕੰਨੋਂ ਤੋਂ ਫੜ ਕੇ ਥੱਲੇ ਲਾਈਏ, ਪਰ ਤੇਰੀ ਕਿਰਪਾ। ਪਤਾ ਨਹੀਂ ਕੀ ਗੱਲ ਸਿੱਟ ਲਿਆਈ, ਕਿਉਂ ਵਰਦੇ ਆ ਬਾਣੀ 'ਚ ਇੱਕ ਵੇਰਾ ਨਹੀਂ ਸੈਂਕੜੇ ਵੇਰਾ ਆਇਆ ਗੁਰਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ, ਗੁਰਮਤ ਰਹਿਮਤ 'ਤੇ ਜ਼ੋਰ ਦਿੰਦੀ ਹੈ, ਮਿਹਨਤ 'ਤੇ ਨਹੀਂ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਗੁਰੂ ਪਾਤਸ਼ਾਹ ਨੇ ਥਾਪੜਾ ਦਿੱਤਾ, ਬਾਬੇ ਬਚਿੱਤਰ ਸਿੰਘ ਨੇ ਜਾ ਕੇ ਮਾਰੀ ਬਰਸ਼ੀ, ਹਾਥੀ ਅੱਗੇ ਚੀਕਾਂ ਮਾਰਦਾ ਭੱਜ ਗਿਆ, ਗੁਰੂ ਕਾ ਸ਼ੇਰ ਜਿੱਤ ਗਿਆ, ਪਹਾੜੀਆਂ ਦਾ ਹਾਥੀ ਡਿੱਗ ਪਿਆ, ਮੌਤ ਹੋ ਗਈ। ਇਹਦੇ ਤੋਂ ਅੱਗੇ ਜਿਹੜੀਆਂ ਬਾਕੀ ਦੀਆਂ ਵਿਚਾਰਾਂ ਨੇ ਉਹ ਗੁਰਮੁਖੋ ਆਪਾਂ ਕੱਲ੍ਹ ਨੂੰ ਕਰਾਂਗੇ।